जस्ट भी देख रहे हो तुसीं, मैं के पी सिंह तुहाड़ा स्वागत करता। मिशन 2019 दी सियासत दे विचाले रोला 2020 दा पैन लग पिया। ये 2020 दा रोला पहली बार नहीं पिया, इस तो पहले भी 2020 दा रोला पैंदा सी, पर हुण 2020 दी एक डेडलाइन तय की जा रही है। वो सियासत वादी तो होकर गुजरती है, घाटी की सियासत का जिक्र करती है। तो जो भाजपा के प्रधान ये बयान देंगे है, तो जो कांग्रेस का मैनीफेस्टो होता है, तो जो महबूबा मुफ्ती तो उमर अब्दुल्ला बोलते हैं, तो फिर इन बयान से सियासत पक जाती है। असं एक सवाल पूछांगे, मिशन 2019 विच 2020 क्यों? ਉਹਦਾ ਪੁਆਇੰਟ ਤੁਹਾਨੂੰ ਪੁਆਇੰਟਸ ਦੱਸੀਏ ਜਿਹਨਾਂ ਪੁਆਇੰਟਸ 'ਤੇ ਬਹਿਸ ਹੋਣੀ ਹੈ। ਸਿਆਸਤ ਦਾ 2020 ਆ ਆਰਟੀਕਲ 370 ਤੋਂ 35 ਤੱਕ ਸਿਆਸੀ ਕਮਿਸਾਨ ਮੱਚ ਚੁੱਕਿਆ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਧਾਰਾ 35 ਨੂੰ ਖਤਮ ਕਰਨ ਦੇ ਸੰਕੇਤ ਦਿੱਤੇ ਆ। ਰਾਜ ਸਭਾ 'ਚ ਬਹੁਮਤ ਨਾ ਹੋਣਾ ਫਿਲਹਾਲ ਵਜ੍ਹਾ ਦੱਸਿਆ, ਅਤੇ ਸ਼ਾਹ ਦਾ ਦਾਅਵਾ ਕਿ 2020 ਤੱਕ ਇਹ ਕਾਰਵਾਈ ਵੀ ਕਰ ਦੇਵਾਂਗੇ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ PDP ਮੁਖੀ ਮਹਿਬੂਬਾ ਮੁਫਤੀ ਨੇ ਪਲਟਵਾਰ ਕੀਤਾ, ਅਤੇ ਮੁਫਤੀ ਨੇ ਕਿਹਾ ਤਾਂ ਸਮਝ ਲਵੋ ਜੰਮੂ ਕਸ਼ਮੀਰ ਦੀ ਮੁਲਕ ਨਾਲ ਰਿਸ਼ਤਿਆਂ ਦੀ 2020 ਡੈਡਲਾਈਨ ਹੈ। ਧਾਰਾ 370 ਹਟੀ ਤਾਂ ਕਸ਼ਮੀਰ ਫਿਲਸਤੀਨ ਬਣ ਜਾਵੇਗਾ, ਮਹਿਬੂਬਾ ਮੁਫਤੀ ਨੇ ਇਹ ਵੀ ਕਹਿ ਦਿੱਤਾ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ NC ਦੇ ਉਪ ਪ੍ਰਧਾਨ ਉਮਰ ਅਬਦੁੱਲਾ ਦਾ ਬਿਆਨ ਆਇਆ, ਜੰਮੂ ਕਸ਼ਮੀਰ ਬਾਕੀ ਰਿਆਸਤਾਂ ਵਾਂਗ ਨਹੀਂ, ਅਸੀਂ ਸ਼ਰਤਾਂ ਨਾਲ ਹਿੰਦੁਸਤਾਨ ਨਾਲ ਜੁੜੇ ਅਤੇ ਆਪਣੀ ਸਦਰੇ ਰਿਆਸਤ ਅਤੇ ਵਜ਼ੀਰ ਆਜ਼ਮ ਦੀ ਮੰਗ ਨੂੰ ਵੀ ਜਲਦ ਪੂਰਾ ਕਰਾਂਗੇ, ਇਹ ਵੀ ਉਮਰ ਅਬਦੁੱਲਾ ਨੇ ਕਿਹਾ। ਅਤੇ PM ਮੋਦੀ ਨੇ ਕਾਂਗਰਸ 'ਤੇ ਤਿੱਖਾ ਸਿਆਸੀ ਹਮਲਾ ਕੀਤਾ ਕਿ ਉਹ ਆਪਣੇ ਸਹਿਯੋਗੀ ਦੀ ਮੰਗ ਨਾਲ ਖੜ੍ਹੇ ਨੇ। ਪਹਿਲਾਂ ਸਿਆਸਤ ਸੁਣ ਲਈਏ ਕਹਿੰਦੀ ਕੀ ਹੈ। आपने कल अमित शाह को जवाब दिया था, लेकिन आज उन्होंने कहा 2020 एब्रोकेशन ऑफ आर्टिकल जो है डेडलाइन होगी, तो समझ लीजिए जम्मू कश्मीर का मुल्क के साथ अलहदी की भी वही डेडलाइन होगी। बाकी रियासतों की तरह नहीं है, बेशक बाकी रियासत बिना शर्त करके हिंदुस्तान में मिल गए, बेशक हमने शर्त रखी, हम मुल्क में नहीं आए, हमने अपनी पहचान को बनाए रखने के लिए आईन में कुछ चीजें दर्ज कराई, हमने कहा हमारी पहचान अपनी होगी, हमारा आईन अपना होगा, हमारा झंडा अपना होगा। हमने उस वक्त अपना सदर रियासत और वजीर आजम भी रखा था जो इन्होंने काटा, इंशाल्लाह उसको भी हम वापस ले आएंगे। अपनी पार्टी की ये मांग आपको मंजूर है? हिंदुस्तान में किसी को भी मंजूर है? वो कहते हैं हम घड़ी की सुई पीछे ले जाएंगे और 1953 के पहले की स्थिति पैदा करेंगे और हिंदुस्तान में दो प्रधानमंत्री होंगे, कश्मीर का प्रधानमंत्री अलग होगा। मैं जरा जानना चाहता हूं, जवाब कांग्रेस को देना पड़ेगा। महागठबंधन के सभी पार्टनरों को जवाब देना पड़ेगा, इस चुनाव में उनको जवाब देना पड़ेगा। क्या कारण है कि उनका साथी दल इस प्रकार की बात बोलने की हिम्मत कर रहा है? सवाल एक पूछा गया, बड़ा सवाल इस बहस के बच्चे पूछा जाएगा, ਭਾਰਤ 'ਚ 2020 ਵਾਲੀ ਡੈਡਲਾਈਨ ਤੈਅ ਕਰਨ ਵਾਲੀ ਸਿਆਸਤ ਦਾ ਮਿਸ਼ਨ ਕੀ ਹੈਗਾ? ਇਸੇ ਸਵਾਲ 'ਤੇ ਹੀ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰਫ ਕਰਾ ਰਿਹਾ ਮੁਹੰਮਦ ਖਾਲਿਦ, ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਜੰਮੂ ਕਸ਼ਮੀਰ ਦੀ ਸਿਆਸਤ ਨੂੰ, ਭਾਰਤ ਦੀ ਸਿਆਸਤ ਨੂੰ, ਪਾਕਿਸਤਾਨ ਦੀ ਸਿਆਸਤ ਨੂੰ ਅਤੇ ਕਸ਼ਮੀਰੀਆਂ ਦੀ ਸਿਆਸਤ ਨੂੰ ਚੰਗੀ ਤਰ੍ਹਾਂ ਇਹ ਸਮਝਦੇ ਹੈਗੇ ਆ। ਕਸ਼ਮੀਰ ਨੂੰ ਵੱਖ ਕਰਕੇ ਦੇਖਿਆ ਜਾਂਦਾ, ਇਹ ਕਿਸੇ ਨੂੰ ਮਨਜ਼ੂਰ ਨਹੀਂ ਹੈਗਾ। ਜਦੋਂ ਕਸ਼ਮੀਰ ਦੀ ਗੱਲ ਹੁੰਦੀ ਉਹ ਭਾਰਤ ਦਾ ਹਿੱਸਾ ਕਿਹਾ ਜਾਂਦਾ, ਜੋ ਕਸ਼ਮੀਰੀਆਂ ਦੀ ਗੱਲ ਹੁੰਦੀ ਹੈ ਉਦੋਂ ਸਿਆਸਤ ਹੁੰਦੀ ਹੈ। ਇਹ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮੁਹੰਮਦ ਖਾਲਿਦ ਤੋਂ। ਖਾਲਿਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਵਿੰਦ ਮਿੱਤਲ, ਭਾਰਤੀ ਜਨਤਾ ਪਾਰਟੀ ਦੇ ਬੁਲਾ ਰਿਹਾ, ਮਿੱਤਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਰਣਜੀਤਾ ਮਹਿਤਾ ਕਾਂਗਰਸ ਦੇ ਬੁਲਾ ਰਿਹਾ, ਰਣਜੀਤਾ ਮਹਿਤਾ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਜਿਹੜਾ ਆਮ ਆਦਮੀ ਪਾਰਟੀ ਬੁਲਾ ਰਿਹਾ, ਜਗਤਾਰ ਸਿੰਘ ਜਿਹੜਾ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਮਿੱਤਲ ਸਾਹਿਬ ਤੁਹਾਨੂੰ ਕਰਨਾ ਚਾਹੁੰਦਾ, ਮਿੱਤਲ ਸਾਹਿਬ ਮੁਲਕ ਨੂੰ ਵੰਡ ਕਾਂਗਰਸ ਰਹੀ ਹੈ ਕਿ ਤੁਸੀਂ ਵੰਡ ਰਹੇ ਹੋ? ਦੇਖੋ, ਮੁਲਕ ਨੂੰ ਤਾਂ ਵੰਡਣ ਦਾ ਕੋਈ ਕੁਐਸਚਨ ਹੀ ਨਹੀਂ ਉੱਠਦਾ। ਸਾਡੀ ਪਾਰਟੀ ਵੱਲੋਂ ਤਾਂ ਭਾਰਤੀ ਜਨਤਾ ਪਾਰਟੀ ਨੇ ਤਾਂ ਹਮੇਸ਼ਾ ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਮੰਨਿਆ ਔਰ ਰਿਹਾ। ਜਿਹੜੇ ਜਨਸੰਘ, ਜਿਹੜਾ ਮੂਲ ਰੂਪ ਸੀ ਭਾਰਤੀ ਜਨਤਾ ਪਾਰਟੀ ਦਾ ਜਨਸੰਘ, ਜਨਸੰਘ ਦੇ ਜਿਹੜੇ ਪਹਿਲੇ ਸਾਡੇ ਪ੍ਰਧਾਨ ਸੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਜੀ, ਉਹਨਾਂ ਨੇ ਸਭ ਤੋਂ ਪਹਿਲੇ ਇਹ ਨਾਰਾ ਦਿੱਤਾ ਸੀ ਕਿ ਇੱਕ ਦੇਸ਼ ਦੇ ਵਿੱਚ ਦੋ ਪ੍ਰਧਾਨ, ਦੋ ਵਿਧਾਨ ਔਰ ਦੋ ਨਿਸ਼ਾਨ ਨਹੀਂ ਹੋ ਸਕਦੇ। ਇੱਕ ਪ੍ਰਦੇਸ਼ ਦੇ ਵਿੱਚ ਇੱਕੋ ਹੀ ਪ੍ਰਧਾਨ ਹੋਏਗਾ, ਇੱਕੋ ਹੀ ਵਿਧਾਨ ਹੋਏਗਾ ਔਰ ਇੱਕੋ ਹੀ ਨਿਸ਼ਾਨ ਹੋਏਗਾ, ਜਿਹਨੂੰ ਝੰਡਾ ਉਹ ਕਹਿੰਦੇ ਕਿ ਸਾਡਾ ਝੰਡਾ ਅਲੱਗ ਹੋਏਗਾ।
ਔਰ ਉਹਨਾਂ ਦੇ ਪਿੱਛੇ ਉਹਨਾਂ ਨੇ ਉੱਥੇ ਆਪਣੀ ਸ਼ਹਾਦਤ ਤੱਕ ਦਿੱਤੀ, ਉਹਨਾਂ ਦੀ ਉੱਥੇ ਮ੍ਰਿਤਿਉ ਹੋ ਗਈ ਬੜੇ ਇਹੋ ਜਿਹੇ ਹਾਲਾਤ ਦੇ ਵਿੱਚ ਵੀ, ਜਿਸਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਔਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਜੀ ਦੇ ਇਸ ਬਲੀਦਾਨ ਦਾ ਨਤੀਜਾ ਸੀ ਕਿ ਅਲਟੀਮੇਟਲੀ ਉਹ ਆਰਡਰ ਜਿਹੜਾ ਸੀ ਉਹ ਵਿਦਡਰਾ ਹੋਇਆ ਔਰ ਹਿੰਦੁਸਤਾਨ 'ਚ ਕਸ਼ਮੀਰ ਦੇ ਵਿੱਚ ਵੀ ਇੱਕ ਵਿਧਾਨ, ਇੱਕੋ ਨਿਸ਼ਾਨ ਅਤੇ ਇੱਕ ਔਰ ਇੱਕ ਪ੍ਰਧਾਨ ਦਾ ਜਿਹੜਾ ਫੈਸਲਾ ਸੀ ਉਹ ਲਾਗੂ ਹੋਇਆ। ਸੋ ਇਸ ਕਰਕੇ ਵੰਡਣ ਦੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਦੀ ਨਹੀਂ ਹੈ, ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਤਾਂ ਇਹੀ ਹੈ। ਵੰਡਣ ਦੀ ਰਾਜਨੀਤੀ ਕੌਣ ਕਰ ਰਿਹਾ ਹੈ? ਮੈਂ ਮੋਤੀ ਕਰ ਰਹੀ ਹੈ, ਮੈਂ ਕਾਂਗਰਸ ਕਰ ਰਹੀ ਹੈ, ਉਮਰ ਅਬਦੁੱਲਾ ਕਰ ਰਹੀ ਹੈ, ਐਨਸੀ ਕਰ ਰਹੀ ਹੈ, ਕੌਣ ਕਰ ਰਿਹਾ? ਜਿੱਥੇ ਤੱਕ ਹੈ ਗੱਲ ਕਿ ਉਹਨੂੰ ਇੱਕ ਅਲੱਗ ਸਟੇਟਸ ਦੀ ਗੱਲ ਜਿਹੜੀ ਗੱਲ ਕੀਤੀ ਹੈ, ਜਿਹੜੀ ਕਿ ਮੁਫਤੀ ਮਹਿਬੂਬਾ ਮੁਫਤੀ ਨੇ ਵੀ ਕਹੀ ਔਰ ਨੈਸ਼ਨਲ ਕਾਨਫਰੰਸ ਦੇ ਲੀਡਰ ਵੀ ਅੱਜ ਕਹਿ ਰਹੇ ਹਨ ਕਿ ਸਾਡਾ ਸਦਰੇ ਰਿਆਸਤ ਵਜ਼ੀਰ ਆਜ਼ਮ ਸਾਡਾ ਜਿਹੜਾ ਹੈਗਾ ਅਲੱਗ ਹੋਏਗਾ, ਅਸੀਂ ਆਪਣਾ ਝੰਡਾ, ਇਹ ਵੰਡਣ ਦੀ ਸਿਆਸਤ ਹੈ, ਇਹ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਸਰਕਾਰ ਬਣਨੀ ਸੀ, ਅਸੀਂ ਇੱਕ ਏਜੰਡੇ ਦੇ ਉੱਤੇ ਉਹਨਾਂ ਨਾਲ ਸਰਕਾਰ ਬਣਾਈ। ਹੁਣ ਵੀ ਆਪਾਂ ਇਹ ਕਹਿ ਦਈਏ ਵੀ ਸਰਕਾਰ ਬਣਨੀ, ਇਸ ਕਰਕੇ ਇਹੋ ਜਿਹੀਆਂ ਬਿਆਨਬਾਜ਼ੀ ਹੋ ਰਹੀਆਂ। ਹੁਣ ਵੀ ਆਪਾਂ ਇਹ ਕਹਿ ਰਹੀ ਹੈ, ਤੁਸੀਂ ਗੱਲ ਪੂਰੀ ਸੁਣੋ, ਉਹ ਜਿਹੜੀ ਸਰਕਾਰ ਗਈ ਸੀ, ਤੁਸੀਂ ਅਮਿਤ ਸ਼ਾਹ ਜੀ ਦਾ ਬਿਆਨ ਜੇ ਪੜ੍ਹਿਆ ਹੋਏਗਾ ਜੇ ਸੁਣਿਆ ਵੀ ਹੋਏਗਾ, ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਵਿਦਡਰਾਅ ਹੀ ਇਸੇ ਕਰਕੇ ਕਰਨਾ ਪਿਆ ਕਿਉਂਕਿ ਉਹਦੇ 'ਤੇ ਉਹ ਡਿਲਿਊਸ਼ਨ ਚਾਹੁੰਦੇ ਸੀ। ਔਰ ਇੱਕ ਸੈਕਿੰਡ, ਔਰ 35A ਜਿਹੜਾ ਹੈਗਾ, 35A ਕਿਹਨਾਂ ਹਾਲਾਤ ਦੇ ਵਿੱਚ ਆਰਟੀਕਲ 35A ਬਣਿਆ? ਇਹ ਐਕਸੈਸ਼ਨ ਦਾ ਡਾਕੂਮੈਂਟ ਦਾ ਹਿੱਸਾ ਨਹੀਂ ਹੈ, ਇਹ 1952-50 'ਚ ਲਾਗੂ ਹੋਏ ਸੰਵਿਧਾਨ ਦਾ ਹਿੱਸਾ ਨਹੀਂ ਸੀ, ਇਹ 1954 ਦੇ ਵਿੱਚ ਬਾਅਦ ਦੇ ਵਿੱਚ ਉਸ ਵੇਲੇ ਦੀ ਸਰਕਾਰ ਨੇ ਜਿਹੜਾ ਜਾਰੀ ਕੀਤਾ ਆਰਟੀਕਲ 370 ਆਰਟੀਕਲ 35A ਤੁਸੀਂ ਸਮਾਪਤ ਕਰਨਾ। ਉਹ ਠੀਕ ਹੈ, ਸਾਰਿਆਂ ਨੂੰ ਜਾਣਕਾਰੀ, ਉਹ ਸਾਰਿਆਂ ਨੂੰ ਜਾਣਕਾਰੀ ਹੈਗੀ, ਜਿਹੜੀ ਜਾਣਕਾਰੀ ਤੁਸੀਂ ਦੇ ਰਹੇ ਹੋ ਨਾ, ਸਾਰਿਆਂ ਨੂੰ ਜਾਣਕਾਰੀ ਹੈਗੀ ਆ। ਪ੍ਰਧਾਨ ਜੀ ਨੇ ਬਿਆਨ ਦਿੱਤਾ ਹੈ, ਉਹ ਉਹਦੇ ਬਾਰੇ 'ਚ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ। ਮੈਂ ਤੁਹਾਨੂੰ ਜਿਹੜਾ ਜਿਹੜੀ ਗੱਲ ਦੱਸਣੀ ਚਾਹੁੰਦਾ ਉਹ ਹੈ ਕਿ ਉਹ ਕਿਹਨਾਂ ਹਾਲਾਤ 'ਚ ਔਰ ਕਿਉਂ ਬਣਾਇਆ ਗਿਆ। ਕਰਨ ਸਿੰਘ ਦਾ, ਮਹਾਰਾਜਾ ਕਰਨ ਸਿੰਘ ਦਾ ਬਿਆਨ, ਪਰਸੋਂ ਇੰਟਰਵਿਊ ਆਈ ਹੈ ਟ੍ਰਿਬਿਊਨ 'ਚ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਹਿੰਦੁਸਤਾਨ ਦੀ ਸਰਕਾਰ ਵੱਲੋਂ ਆਫਰ ਆਈ, ਜੰਮੂ ਕਸ਼ਮੀਰ ਸਟੇਟ ਨੇ ਡਿਮਾਂਡ ਨਹੀਂ ਸੀ ਕੀਤੀ। ਅੱਛਾ, ਹੁਣ 35A ਤੁਸੀਂ ਖਤਮ ਕਰਨੀ ਹੈ? 35A ਦੇ ਬਾਰੇ 'ਚ ਤਾਂ ਬੜੇ ਲੰਬੇ ਸਮੇਂ ਤੋਂ ਡਿਮਾਂਡ ਹੈ ਕਿ ਖਤਮ ਹੋਣਾ ਚਾਹੀਦਾ ਕਿਉਂਕਿ ਇਹ ਡਿਸਕ੍ਰਿਮੀਨੇਟਰੀ ਹੈ। ਰਣਜੀਤਾ ਮਹਿਤਾ ਮੁਲਕ ਨੂੰ ਵੰਡ ਰਹੇ ਹੋ ਤੁਸੀਂ। ਦੇਖੀਏ, ਇਹ ਭਾਜਪਾ ਦੀ ਸਿਆਸਤ ਸੋਚ ਹੋ ਸਕਦੀ ਹੈ ਜਾਂ ਤੁਹਾਡਾ ਪ੍ਰਸ਼ਨ ਹੋ ਸਕਦਾ ਹੈ, ਕਾਂਗਰਸ ਨੇ ਨਾ ਕਦੀ ਐਸਾ ਸੋਚਿਆ ਨਾ ਕਦੀ ਕਰ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਬੜੇ ਹੁਣੇ ਸੁਣ ਰਹੀ ਸੀ ਮਿੱਤਲ ਸਾਹਿਬ ਨੂੰ, ਕਹਿੰਦੀ ਸੀ ਸਾਡੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਸ਼ਹਾਦਤ ਦਿੱਤੀ, ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਇਹ ਕੀਤਾ। ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਇਹ ਵੀ ਕਿਹਾ ਕਿ ਧਾਰਾ 370 ਨਹੀਂ ਹਟਾਈ ਜਾ ਸਕਦੀ। ਇਹ ਉਹੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਜਿਹਨਾਂ ਦੇ ਹੁਣੇ ਗੁਣਗਾਨ ਗਾ ਰਹੇ ਸੀ, ਇਹ ਉਹਨਾਂ ਦਾ ਹੀ ਕਹਿਣਾ ਹੈ ਕਿ 370 ਹਟਾਉਣਾ ਨਾਮੁਮਕਿਨ ਹੈ। ਮੈਂ ਤੁਹਾਨੂੰ ਰਿਕਾਰਡ ਬਾਏ ਇੱਕ ਇੱਕ ਸਟੇਟਮੈਂਟ ਉਹਨਾਂ ਦੇ ਮੂੰਹ ਤੋਂ ਵੀ ਸੁਣਾ ਦਾਂਗੀ ਔਰ ਉਹਨਾਂ ਦੇ ਅਖਬਾਰਾਂ ਦੀ ਵੀ ਦਿਖਾ ਦਾਂਗੀ। ਤੁਸੀਂ ਵਿੱਚ ਸਾ ਵਿਚਰਾ ਬੋਲੋ, ਜੇ ਤੁਸੀਂ ਬੋਲੇ ਮੈਂ ਵਿੱਚ ਨਹੀਂ ਬੋਲੀ। ਚਲੋ ਮੈਂ ਥੋੜਾ ਜਵਾਬ ਦੇਵਾਂਗਾ। ਬਿਲਕੁਲ ਬਿਲਕੁਲ ਜਵਾਬ ਦਿਓ। ਗਲਤ ਬਿਆਨ ਨਹੀਂ ਕਰਦੇ, ਜਿਹੜੇ ਝੰਡਿਆਂ ਦੀ ਗੱਲ ਕਰਦੇ ਹੋ, ਇੱਕੋ ਹੀ ਝੰਡਾ, ਇੱਕੋ ਹੀ ਡੰਡਾ। ਜਨਾਬ, ਆਰਐਸਐਸ ਦਾ ਮੁਖਿਆਲੇ ਦੇ ਉੱਪਰ ਝੰਡਾ ਤਿਰੰਗਾ ਕਿਉਂ ਨਹੀਂ ਚੜਾਇਆ ਜਾਂਦਾ? ਤੁਸੀਂ ਲੱਗ ਝੰਡੇ ਕਿਉਂ ਚੜਾਉਂਦੇ ਹੋ? ਦੇਖੋ, ਪ੍ਰਧਾਨ ਮੰਤਰੀ ਜੀ ਤੋਂ ਲੈ ਕੇ ਜਦ 1980 ਤੋਂ ਪਹਿਲਾਂ ਇਹਨਾਂ ਦੀ ਸੰਸਥਾਪਨਾ ਹੋਈ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਧਾਰਾ 370 ਤੇ ਰੋਟੀਆਂ ਸੇਕਦੇ ਆ ਰਹੇ ਨੇ। ਜਦੋਂ 2014 ਦੇ ਚੁਣਾਵ ਹੋਏ, ਪ੍ਰਧਾਨ ਮੰਤਰੀ ਜੀ ਨੇ ਕਿਹਾ, ਭਾਈਓ ਔਰ ਬਹਿਨੋ, 370 ਹਟਣੀ ਚਾਹੀਏ ਕਿ ਨਹੀਂ ਹਟਣੀ ਚਾਹੀਏ? 4.5 ਸਾਲ ਹੋ ਗਏ, ਇਹਨਾਂ ਨੇ ਕਿਹਾ ਸਾਨੂੰ ਕੇਂਦਰ 'ਚ ਬਹੁਮਤ ਦੀ ਸਰਕਾਰ ਬਣ ਜਾਏ ਤੇ ਅਸੀਂ ਧਾਰਾ 370 ਖਤਮ ਕਰ ਦਾਂਗੇ, ਤੇ ਹੁਣ ਇਹ ਕਿਉਂ ਉਹਦੇ ਉੱਪਰ ਚੁੱਪ ਨੇ? ਜਦੋਂ ਜਦੋਂ ਚੋਣ ਆਉਂਦੀਆਂ ਨੇ, ਇਹਨਾਂ ਨੂੰ ਰਾਮ ਮੰਦਿਰ ਯਾਦ ਆ ਜਾਂਦਾ, ਇਹਨਾਂ ਨੂੰ ਧਾਰਾ 370 ਜਦੋਂ ਜਦੋਂ ਚੋਣ ਖਤਮ ਤਾਂ ਨਹੀਂ ਕਰਨਗੇ, ਡਰਦੇ ਕੋ ਤੁਸੀਂ? ਸਾਨੂੰ ਕੋਈ ਡਰ ਨਹੀਂ ਹੈ ਜਨਾਬ, ਅਸੀਂ ਅਮਨ ਔਰ ਚੈਨ ਚਾਹੁੰਦੇ ਹਾਂ, ਜਿਸ ਕਰਕੇ ਧਾਰਾ ਲਗਾਈਆਂ ਗਈਆਂ ਸੀ। ਅਸੀਂ ਬਾਰ ਬਾਰ ਕਹਿੰਦੇ ਹਾਂ, ਰਣਜੀਤਾ ਮਹਿਤਾ ਕਿਤੇ ਤੁਸੀਂ ਰਾਸ਼ਟਰਵਾਦ ਵਾਲੇ ਇਹਨਾਂ ਦੇ ਟ੍ਰੈਪ ਵਿੱਚ ਤਾਂ ਨਹੀਂ ਫਸ ਗਏ? ਮੈਂ ਤੁਹਾਨੂੰ ਕੀ ਕਹਿ ਰਹੀ ਹਾਂ, 21 ਅਪ੍ਰੈਲ 2014 ਨੂੰ ਮੋਦੀ ਜੀ ਆਪਣੀ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜਿਵੇਂ ਬਾਕੀ ਰਾਜਾਂ ਦੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ, ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ, ਤਾਂ ਉਹਨਾਂ ਦੇ ਹੱਥ ਕਿਹਨੇ ਬੰਨੇ ਨੇ? ਮੁਫਤੀ ਮੁਹੰਮਦ ਨਾਲ PDP ਦੀ ਸਰਕਾਰ ਬਣ ਕੇ ਇਹਨਾਂ ਠੰਡੇ ਬਸਤੇ 'ਚ 370 ਪਾਤੀ, ਉਹ ਕਿਹਨੇ ਪਾਈ ਹੈ? ਮੋਦੀ ਸਾਹਿਬ ਨੇ ਪਾਈ ਹੈ ਆਪਣੇ ਇੰਟਰਵਿਊ ਦੇ ਵਿੱਚ ਖੁਦ ਕਹਿੰਦੇ ਨੇ। ਵਾਪਸ ਆਉਂ ਜਗਤਾਰ ਸਿੰਘ ਜੀ, ਇਹ ਮੈਂ ਜਿਹੜਾ ਰਣਜੀਤਾ ਮੈਂ ਤੁਹਾਨੂੰ ਸਵਾਲ ਕਰ ਰਿਹਾ ਸੀ, ਰਾਸ਼ਟਰਵਾਦ ਵਾਲੀ ਰਾਜਨੀਤੀ ਦਾ ਇੱਕ ਦੂਸਰਾ ਰੂਪ ਤਾਂ ਨਹੀਂ ਹੈਗਾ? ਦੇਖੋ ਜੀ, ਇਹਦੇ ਵਿੱਚ ਸਾਰਾ ਕੁਛ, ਕਿਉਂਕਿ ਸਾਹਮਣੇ ਇਲੈਕਸ਼ਨ ਆ ਰਹੀ ਆ ਹੁਣ,
ਇਲੈਕਸ਼ਨ ਦੇ ਕਰਕੇ ਹੀ ਸਾਰਾ ਕੁਛ ਹੋ ਰਿਹਾ ਹੈ। ਭਾਰਤੀ ਜਨਤਾ ਪਾਰਟੀ ਪਿਛਲੇ 5 ਸਾਲ ਤੋਂ ਕੇਂਦਰ ਦੇ ਵਿੱਚ ਰਾਜ ਕਰ ਰਹੀ ਹੈ। ਇਹਨਾਂ ਨੇ ਜੋ ਵੀ ਮੈਨੀਫੈਸਟੋ ਦੇ ਵਿੱਚ ਕਿਹਾ ਸੀਗਾ ਉਹ ਕਾਗਜ਼ਾਂ ਵਿੱਚ ਕੁਛ ਵਾਅਦੇ ਜ਼ਰੂਰ ਪੂਰੇ ਕਰਤੇ ਹੋਣਗੇ, ਪ੍ਰੈਕਟੀਕਲੀ ਕੁਛ ਵੀ ਨਹੀਂ ਕੀਤਾ। ਦੋ ਕੰਮ ਕੀਤੇ ਆ, ਇੱਕ ਨੋਟਬੰਦੀ ਕੀਤੀ ਹੈ, ਇੱਕ GST ਲਾਗੂ ਕੀਤਾ ਆ। ਨੋਟਬੰਦੀ ਦੇ ਨਾਲ ਅਤੇ GST ਬਿਨਾਂ ਤਿਆਰੀ ਤੋਂ ਹੋਮਵਰਕ ਕਰਨ ਤੋਂ ਲਾਗੂ ਕਰਨ ਨਾਲ ਜਿੰਨਾ ਨੁਕਸਾਨ ਹੋਇਆ ਛੋਟੇ ਵਪਾਰੀ ਦਾ, ਮੈਂ ਉੱਧਰ ਨੂੰ ਹੀ ਆ ਰਿਹਾ। ਇਹਨਾਂ ਨੇ ਕੰਮ ਕੁਛ ਨਹੀਂ ਕੀਤਾ। ਹੁਣ ਇਹ ਜਿਹੜੀ ਪਹਿਲਾਂ ਰਾਜਨੀਤੀ ਕਰਦੇ ਆ, ਭਾਰਤੀ ਜਨਤਾ ਪਾਰਟੀ ਇੱਕ ਮਹਿਜ ਉਹ ਪਾਰਟੀ ਹੈ ਜਿਹੜੀ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ ਦੰਗੇ ਕਰਾ ਕੇ ਉਸੇ ਇੱਕੋ ਹੀ ਕੰਟਰੀ ਦੇ ਸਿਟੀਜ਼ਨ ਦੀ ਆਪਸ ਵਿੱਚ ਹੀ ਦੰਗੇ ਕਰਵਾ ਕੇ ਉਹਦੇ 'ਤੇ ਰੋਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕਦੀ ਹੈ। ਹੁਣ ਇਹ ਧਾਰਾ 370 ਜਾਂ 35 ਏ ਜਾਂ ਰਾਮ ਮੰਦਰ ਇਹਦੀਆਂ ਗੱਲਾਂ ਕਰਨਗੇ ਤਾਂ ਕਿ ਇਸ ਨਾਲ ਲੋਕਾਂ 'ਚ ਪੋਲਰਾਈਜੇਸ਼ਨ ਹੋ ਜਾਵੇ, ਰਾਸ਼ਟਰਵਾਦ ਦੀ ਗੱਲ ਕਰਨਗੇ ਤਾਂ ਕਿ ਬਹੁ ਗਿਣਤੀ ਦੀਆਂ ਸਾਰੀਆਂ ਪੋਲਰਾਈਜੇਸ਼ਨ ਲੱਗਦੀ ਪਈ ਹੈ। ਬਿਲਕੁਲ ਪੋਲਰਾਈਜ਼ ਕਰਨ ਲਈ ਕਰ ਰਹੇ ਨੇ, ਫਿਰਕੂ ਵਾਦ ਫੈਲਾ ਰਹੇ ਨੇ, ਅਸਲ 'ਚ ਸਭ ਤੋਂ ਵੱਡੀ ਰਾਸ਼ਟਰ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿ ਫੁੱਟ ਦੇ ਬੀਜੀ। ਇੱਕ ਛੋਟਾ ਜਿਹਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਮਿਸ਼ਨ 2019 'ਚ 2020 ਕਿਉਂ ਹੈਗਾ? ਜਦੋਂ 2020 ਦਾ ਜ਼ਿਕਰ ਹੁੰਦਾ, ਇਸ ਤੋਂ ਪਹਿਲਾਂ ਰੈਫਰੈਂਡਮ 2020 ਦਾ ਜ਼ਿਕਰ ਹੋ ਰਿਹਾ ਸੀਗਾ, ਅਤੇ ਹੁਣ ਇਹ 2020 ਜਿਹੜੀ ਡੈਡਲਾਈਨ ਆ ਜਿਹੜੀ ਉਹ ਆਪਦੇ ਵੱਲੋਂ ਤੈਅ ਕੀਤੀ ਜਾ ਰਹੀ ਹੈਗੀ ਆ, ਉਸ ਦਾ ਜ਼ਿਕਰ ਹੋਣਾ ਸ਼ੁਰੂ ਹੋ ਗਿਆ। ਆਰਟੀਕਲ 370 'ਤੇ ਬਹੁਤ ਬਹਿਸਾਂ ਹੋਈਆਂ, 35A 'ਤੇ ਓਨੀਆਂ ਜ਼ਿਆਦਾ ਬਹਿਸਾਂ ਨਹੀਂ ਹੋਈਆਂ ਕਿਆ, ਅਤੇ ਹੁਣ 35A ਬਹਿਸ ਦਾ ਵਿਸ਼ਾ ਕਿਉਂ ਬਣਦਾ ਜਾ ਰਿਹਾ? ਬ੍ਰੇਕ ਤੋਂ ਵਾਪਸ ਆ ਰਹੇ, ਮੁਹੰਮਦ ਖਾਲਿਦ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਵਾਲ ਇੱਕ ਪੁੱਛ ਰਿਹਾ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਭਾਰਤ ਵਿੱਚ 2020 ਵਾਲੀ ਡੈਡਲਾਈਨ ਤੈਅ ਕਰਨ ਵਾਲੀ ਸਿਆਸਤ ਦਾ ਮਿਸ਼ਨ ਕੀ ਹੈਗਾ? ਖਾਸ ਪੈਨਲ ਸਾਡਾ ਮੌਜੂਦ ਹੈਗਾ ਖਾਲਿਦ ਸਾਹਿਬ ਜੀ। 370 'ਤੇ ਬਹੁਤ ਬਹਿਸ ਹੋਈਆਂ, 35A ਬਹਿਸ ਦਾ ਓਨਾ ਹਿੱਸਾ ਨਹੀਂ ਰਿਹਾ, ਪਰ ਹੁਣ 35A 'ਤੇ ਵੀ ਬਹਿਸ ਹੋਣੀ ਸ਼ੁਰੂ ਹੋ ਗਈ, ਇਹਦਾ ਮਤਲਬ ਹੈ ਕੀ ਹੈ? ਦੇਖੋ, 370 ਤਾਂ ਸ਼ੁਰੂ ਤੋਂ ਹੀ ਇੱਕ ਵਿਸ਼ਾ ਰਿਹਾ ਹੈ ਗੱਲਬਾਤ ਦਾ, ਕਿਉਂਕਿ BJP ਦਾ ਹਮੇਸ਼ਾ ਅਤੇ ਉਸ ਤੋਂ ਪਹਿਲਾਂ ਵੀ ਇਹ ਰਿਹਾ ਕਿ 370 ਜਿਹੜੀ ਹੈਗੀ ਆ, ਕਿਉਂਕਿ ਟਰਾਂਜੀਸ਼ਨਲ ਅਤੇ ਟੈਂਪਰੇਰੀ ਪ੍ਰੋਵੀਜ਼ਨ ਹੈ, ਇਸ ਕਰਕੇ ਖਤਮ ਕੀਤੀ ਜਾਣੀ ਚਾਹੀਦੀ ਹੈ। ਦੋ ਚੀਜ਼ਾਂ ਇਹਦੇ ਵਿੱਚ ਨਾ ਬੜੀਆਂ ਇੰਪੋਰਟੈਂਟ ਨੇ। ਦੇਖੋ, ਇਹ ਟੈਕਨੀਕਲੀ ਬੜਾ ਗੁੰਝਲਦਾਰ ਮਸਲਾ ਹੈਗਾ। ਆਰਟੀਕਲ 370 ਜਿਹੜਾ ਹੈਗਾ ਉਹ ਕਾਂਸਟੀਟਿਊਸ਼ਨ ਦਾ ਪਾਰਟ ਬਣਿਆ ਕਿ ਜਿਹੜਾ ਕਿ ਅਪਰੂਵ ਕੀਤਾ ਜੰਮੂ ਐਂਡ ਕਸ਼ਮੀਰ ਦੀ ਕਾਂਸਟੀਚੁਐਂਟ ਅਸੈਂਬਲੀ ਨੇ। ਜਦ ਜੰਮੂ ਐਂਡ ਕਸ਼ਮੀਰ ਦੀ ਕਾਂਸਟੀਚੁਐਂਟ ਅਸੈਂਬਲੀ ਨੇ ਇਹ ਰੈਟੀਫਾਈ ਕਰਤਾ ਕਿ ਅਸੀਂ ਇੰਡੀਆ ਦਾ ਸਾਰ ਪਾਰਟ ਹਾਂ, ਕਾਂਸਟੀਟਿਊਸ਼ਨ ਜਿਹੜਾ ਹੈਗਾ ਉਹਦੇ 'ਚ ਵੀ ਕਰ ਲਿਆ, ਉਹਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਸੀਗੀਆਂ। ਜਿਸ ਵੇਲੇ 1954 ਦੇ ਵਿੱਚ ਇਹ ਆਪਣੇ ਪਾਸ ਕੀਤਾ, ਉਸ ਤੋਂ ਬਾਅਦ ਜਿਹੜਾ ਰਾਸ਼ਟਰਪਤੀ ਥਾ, ਰਾਸ਼ਟਰਪਤੀ ਨੇ 370 ਆਰਟੀਕਲ ਦੀ ਕਲੋਜ਼ 1 ਦੇ ਅੰਡਰ 35A ਐਡ ਕੀਤਾ। ਇਟ ਮੀਨਸ ਇਹਨਾਂ ਦਾ ਹੈਗਾ ਕਿ 35A ਜਿਹੜਾ ਹੈਗਾ ਉਹਦੀ ਪਾਰਲੀਮੈਂਟਰੀ ਕੋਈ ਵੈਲਿਡਿਟੀ ਨਹੀਂ ਹੈ, ਤਾਂ ਸਿਰਫ ਰਾਸ਼ਟਰਪਤੀ ਨੇ ਕੀਤਾ ਸੀਗਾ। ਹੁਣ ਗੱਲ ਇਹ ਹੈਗੀ ਆ, ਕਿਆ ਆਰਟੀਕਲ 370 ਖਤਮ ਕੀਤਾ ਜਾ ਸਕਦਾ? ਮੈਂ ਪੋਲੀਟੀਕਲ ਐਸਪੈਕਟ ਨਹੀਂ ਲਊਂਗਾ। ਪੋਲੀਟੀਕਲ ਐਸਪੈਕਟ ਆਪਾਂ ਨੂੰ ਪਤਾ ਹੈ ਕਿ ਪੋਲੀਟੀਕਲੀ ਜਿਸ ਵੇਲੇ ਵੀ ਇਲੈਕਸ਼ਨ ਆਉਂਦਾ ਆਰਟੀਕਲ 370 ਜਿਹੜਾ ਹੈਗਾ ਉਹ ਉਜਾਗਰ ਹੁੰਦਾ ਹੈ, ਔਰ ਜਿਸ ਵੇਲੇ ਜੀ ਕਰਦਾ ਆਰਟੀਕਲ 370 ਠੰਡੇ ਬਸਤੇ 'ਚ ਵੀ ਪਾ ਦਿੱਤਾ ਜਾਂਦਾ। ਪਹਿਲਾਂ ਵਾਜਪੇਈ ਸਾਹਿਬ ਦੀ ਸਰਕਾਰ ਬਣੀ, ਉਸ ਵੇਲੇ ਵੀ ਕਿਹਾ ਗਿਆ 370 ਮੁੱਦਾ ਨਹੀਂ ਹੈ, ਅਤੇ ਬਾਅਦ ਦੇ ਵਿੱਚ ਹੁਣ PDP ਅਤੇ BJP ਦੀ ਸਰਕਾਰ ਵੀ ਬਣੀ। ਪਰ ਮੇਰਾ ਇੱਕ ਸਵਾਲ ਹੈ, ਲੋਕ ਸਿਆਸਤ ਕਹਿੰਦੀ ਹੈ ਵਾਰ-ਵਾਰ, ਕਹਿੰਦੀ ਉੱਥੋਂ ਦੇ ਲੋਕ ਚਾਹੁੰਦੇ ਆ। ਨਹੀਂ, ਮੈਂ ਤੁਹਾਨੂੰ ਦੱਸਦਾ, July 2015 ਦੇ ਵਿੱਚ ਜੰਮੂ ਐਂਡ ਕਸ਼ਮੀਰ ਦੀ ਹਾਈ ਕੋਰਟ ਨੇ ਫੈਸਲਾ ਕਰਤਾ ਕਿ ਇਹਨਾਂ ਚੀਜ਼ਾਂ ਦੇ ਉੱਪਰ ਸੈਂਟਰ ਗੌਰਮੈਂਟ, ਸੈਂਟਰ ਪਾਰਲੀਮੈਂਟ ਕਾਨੂੰਨ ਨਹੀਂ ਬਣਾ ਸਕਦੀ, ਨੰਬਰ 1। ਨੰਬਰ 2, ਜੰਮੂ ਐਂਡ ਕਸ਼ਮੀਰ ਦੀਆਂ ਜਿਹੜੀਆਂ ਰੀਜਨਲ ਪਾਰਟੀਜ਼ ਹੈ ਉਹ ਸਾਰੀਆਂ ਇਸ ਚੀਜ਼ ਨੂੰ ਜਿਹੜੀਆਂ ਹੈਗੀਆਂ ਕਹਿੰਦੀਆਂ ਕਿ ਅਸੀਂ ਨਹੀਂ ਹੋਣ ਦੇਣਾ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਇਹ ਜਿਹੜਾ 35A ਹੈ ਕਿੱਥੋਂ ਆਇਆ? 1927 ਤੋਂ ਆਇਆ ਹੈ। 1927 ਦੇ ਵਿੱਚ ਕਸ਼ਮੀਰੀ ਪੰਡਿਤਾਂ ਨੂੰ ਸਮਝ ਲਓ ਪ੍ਰੋਟੈਕਟ ਕਰਨ ਵਾਸਤੇ, ਜਾਂ ਇਹ ਕਹਿਣ ਵਾਸਤੇ ਕਿ ਉਹਨਾਂ ਦੀ ਆਇਡੈਂਟੀਟੀ ਨੂੰ ਮੇਨਟੇਨ ਕਰਨ ਵਾਸਤੇ, ਉਸ ਵੇਲੇ ਜਿਹੜੇ ਸੀਗੇ ਇੱਕ ਪ੍ਰੋਵੀਜ਼ਨ ਕੀਤੀ ਗਈ 1927 ਦੇ ਵਿੱਚ ਰਾਜੇ ਵੱਲੋਂ, ਉਸ ਵੇਲੇ ਦੇ ਰਾਜੇ ਵੱਲੋਂ। ਉਹਨੂੰ ਕਹਿੰਦੇ ਹੈਰੀਡੀਟਰੀ ਸਟੇਟ ਸਬਜੈਕਟ, ਹੈਰੀਡੀਟਰੀ ਸਟੇਟ ਸਬਜੈਕਟ, ਯਾਨੀ ਕਿ ਜਿਹਦੇ ਪਿਤਾ ਪੁਰਖ ਜਿਹੜੇ ਹੈਗੇ ਆ ਜੰਮੂ ਕਸ਼ਮੀਰ 'ਚ ਰਹਿੰਦੇ ਹੋਣ, ਉਸੇ ਚੀਜ਼ ਦੇ ਵਿੱਚੋਂ ਜਿਹੜੀ ਹੈਗੀ ਆ ਨਿਕਲੀ ਸਟੇਟ ਸਬਜੈਕਟ, ਉਹਦੇ ਵਿੱਚੋਂ ਆਰਟੀਕਲ 35A ਨਿਕਲਿਆ। ਆਰਟੀਕਲ 35A ਕਹਿੰਦਾ ਹੈਗਾ ਕਿ ਇਮੂਵੇਬਲ ਪ੍ਰੋਪਰਟੀ ਨਹੀਂ ਬਾਹਰਲਾ ਬੰਦਾ ਲੈ ਸਕਦਾ, ਇੰਪਲਾਇਮੈਂਟ ਬਾਹਰਲਾ ਬੰਦਾ ਨਹੀਂ ਲੈ ਸਕਦਾ, ਸਕੋਲਰਸ਼ਿਪਸ ਨਹੀਂ ਲੈ ਸਕਦਾ, ਸੈਟਲ ਨਹੀਂ ਇੱਥੇ ਹੋ ਸਕਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਾਹਰਲੇ ਬੰਦਿਆਂ ਵਾਸਤੇ ਬੰਦ ਕਰਤੀਆਂ, ਤਾਂ ਕਿ
जम्मू एंड कश्मीर दे लोकां दी जिहड़ी वक्खर आइडेंटिटी है उहनूं मेनटेन कीती जावे। थोड़ा समझा दो जी, जे सियासत इहदे हो रही है की है, तुसीं कह रहे हो कि बाहरला बंदा उत्थे जमीन नहीं खरीद सकदा, सारी चीज़ां उस उस कानून दे मुताबिक ही दस जी जी। मेरा सवाल है कि जिहड़े जम्मू कश्मीर तों बाहरले लोक है की है, जिहड़े इहनां दे वोटर है की है, कि उहनां दे लई इहो जी सियासत कीती जा रही है? फिर देखो, सियासत जिहड़ी हैगी है उह इह कीती जा रही है, जम्मू कश्मीर दे लोक है, खास तौर पर वैली दे लोक एक सोचते हैं कि अगर ये रस्ता खोलता तो इंडिया दे लोक जिहड़े हैगे हैं, एस्पेशली द हिंदू पापूलेशन, वो आके इत्थे सारी हो जाएगी, सानू माइनॉरिटीज कर देगी, साड़ी जिहड़ी हैगी आइडेंटिटी बिल्कुल खत्म हो जाएगी। उन्होंने दिमाग दे विच नहीं, बिल्कुल उत्थे तां इही कहिंदे हैं, उत्थे इही कहिंदे हैं, असी डिफरेंट उहदा नैरेटिव दिंदे हैं, उत्थे इही कहिंदे हैं भारत के लोग, समझे नहीं। अच्छा, दूसरी चीज़ जिहड़ी हैगी मैं कह रहा कि सिर्फ यही नहीं है, बल्कि जिहड़ा तुसीं कह रहे हो कि उत्थे दे लोक चाहुंदे आ, लोकां वल्लों कदे भी ये जिहड़ा हैगा रेजोल्यूशन नहीं होया, उत्थे दीआं जिहड़ीआं पार्टीज़ हैं वो सारिया इस चीज़ के हक के कि आर्टिकल 35A जिहड़ा हैगा रहना चाहिए, और इंडिया का भी बहुत सारिया मेन स्ट्रीम पार्टीज़ यही कहिंदे हैं आर्टिकल 35A रहना चाहिए। ये एक होर चीज़ मैं ऐड करूँगा, आप आर्टिकल 370 की गल हमेशा करते हैं, आर्टिकल 371 की गल क्यों नहीं करते? आर्टिकल 371 ABCDEFGHI तक किन्ने स्टेट हैं जिन्होंने स्पेशल प्रोविजनस दित्तियां गईयां, महाराष्ट्र नूं दित्तियां गईयां, गुजरात नूं दित्तियां गईयां, मिजोरम, त्रिपुरा, मणिपुर, उड़ीसा, पता नहीं किन्ने स्टेट्स हैगे, हिमाचल, पता नहीं किन्ने स्टेट हैं जिन्हें आर्टिकल 370 के अंदर स्पेशल प्रोविजनस है, तो आर्टिकल 370 के ही मगर क्यों पे हुए? ये चीज़ भी देखनी पेगी, क्यों क्या 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 मैं तुहानूं दस्सा था आर्टिकल 370, वो ये कहते हैं भी साडे जिहड़ा हैगा वक्खरा इंडिपेंडेंट या स्पेशल आइडेंटिटी हैगी है जम्मू एंड कश्मीर के लोगों की, उन्होंने बहुत बड़ा खतरा हो जाएगा अगर 35A खत्म होंदा और 370 खत्म होंदा। और मैं एक और ऐड कर दूँ, 370 इस करके नहीं खत्म हो सकता कि एक कॉन्स्टिट्यूएंट असैम्बली जी जम्मू एंड कश्मीर की थी वह रेटिफाइड है, जम्मू एंड कश्मीर की कॉन्स्टिट्यूएंट असैम्बली दोबारा बनेगी ता जाके 370 खत्म हो सकता, अदरवाइज लीगली स्पीकिंग ना पार्लियामेंट इन खत्म कर सकती है ना जिहड़ा हैगा कॉन्स्टिट्यूशन खत्म कर सकदा। खालसा साहब इहदा मतलब होया जिहड़ी पार्टी है बयान दे रही है भारतीय जनता पार्टी, वह इस विहाव से बयान दे रही है कि आने वाले समय साडे कल्हां दी सरकार होगी उत्थे। देखो गल हैगी है कि देखो जम्मू कश्मीर के BJP RSS काम कर रहे हैं, ये कोई दो राय नहीं, उन्होंने पूरा हक है काम करन दा, हर एक पोलीटिकल पार्टी नूं हर जगह जाण दा हक है, जद आपां एक डेमोक्रेटिक सिस्टम दे विच रहिंदे आ, लेकिन सिर्फ इलेक्शन दे टाइम दे उपर इस चीज़ नूं जिहड़ा हैगा ज़्यादा हाईलाइट करना और वो पोलराइजेशन करना वो राजनीति है, लेकिन कॉन्स्टिट्यूशनल पोजीशन मैं तुहानूं दस दित्ती हैगी। मित्तल साहब, संविधान कुछ होर कहिंदा, सियासत कुछ होर कहिंदी है, ते तुसीं जदों चोणां आउंदियां इहो जी बयानबाजी करदे हो सिर्फ पोलराइजेशन करन दे वास्ते। मैनूं टाइम दोगे थोड़ा जिहा? टाइम मिल रिहा तुहानूं? ठीक, ਵੰਡਣ ਵਾਲੀ ਸਿਆਸਤ ਨਾ ਕਰੋਗੇ ਤਾਂ ਜ਼ਿਆਦਾ ਟਾਈਮ ਦਊਗਾ। ਬਿਲਕੁਲ, ਵੰਡਣ ਵਾਲੀ ਸਿਆਸਤ ਨਹੀਂ ਕਰਦੇ, ਵੰਡਣ ਵਾਲੀ ਸਿਆਸਤ ਵਾਲਿਆਂ ਨੂੰ ਸਵਾਲ ਕਰਦੇ ਆ। ਇਸ ਮੈਂ ਥੋੜ੍ਹੀ ਜਿਹੀ ਚੀਜ਼ ਦੱਸਣੀ ਚਾਹਾਂਗਾ। ਪਹਿਲੀ ਗੱਲ ਤਾਂ ਜਿਹੜੀ ਇੱਕ ਗੱਲ ਆਈ ਸੀ ਕਿ 370 ਜਿਹੜਾ ਆਰਟੀਕਲ ਦੇ ਖਿਲਾਫ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਉਹਦੇ ਹੱਕ 'ਚ ਬੋਲੇ ਸੀ, ਸਮਰਥਨ ਕੀਤਾ ਸੀ। ਮੈਂ ਇੱਕ ਤੁਹਾਨੂੰ ਜਾਣਕਾਰੀ ਦੱਸ ਦਿੰਦਾ ਤਾਂ ਆਰਟੀਕਲ 370 ਜਦੋਂ ਬਣਿਆ ਸੀ ਇਟ ਵਾਜ਼ ਅ ਟੈਂਪਰੇਰੀ ਪ੍ਰੋਵੀਜ਼ਨ, ਕੁਛ ਸਮੇਂ ਦੇ ਵਾਸਤੇ ਬਣਿਆ ਸੀ, ਔਰ ਸਾਡਾ ਪਹਿਲੇ ਦਿਨ ਤੋਂ ਇਹ ਸਟੈਂਡ ਸੀ ਕਿ ਇਸ ਆਰਟੀਕਲ ਇਹ ਜਿਹੜਾ ਸੰਵਿਧਾਨ 'ਚ ਪ੍ਰੋਵੀਜ਼ਨ ਹੈ ਇਹਨੂੰ ਨਹੀਂ ਬਣਾਉਣਾ ਚਾਹੀਦਾ ਸੀ, ਇਸ ਦੇ ਨਾਲ ਤੁਸੀਂ ਇੱਕ ਸੈਪਰੇਟ ਸਟੇਟ ਵਿਦਿਨ ਦੀ ਸਟੇਟ ਕ੍ਰੀਏਟ ਕਰ ਰਹੇ ਹੋ, ਇਸੇ ਔਰ ਸਟੇਟ ਵਿਦਿਨ ਦੀ ਸਟੇਟ ਨਹੀਂ ਹੋ ਸਕਦੀ, ਇੱਕ ਦੇਸ਼ ਦੇ ਵਿੱਚ ਇੱਕੋ ਦੇਸ਼ ਹੋਏਗਾ, ਇੱਕ ਦੇਸ਼ ਦੇ ਵਿੱਚ ਦੂਸਰਾ ਦੇਸ਼ ਨਹੀਂ ਬਣ ਸਕਦਾ। ਔਰ ਹਮੇਸ਼ਾ ਸਾਡੇ ਮੂਲਭੂਤ ਜਿਹੜੇ ਸਾਡੇ ਕੋਰ ਇਸ਼ੂਜ਼ ਸੀਗੇ, ਆਰਟੀਕਲ 370 ਹਮੇਸ਼ਾ ਹੀ ਸਾਡੇ ਕੋਰ ਇਸ਼ੂਜ਼ ਦਾ ਹਿੱਸਾ ਰਿਹਾ ਕਿ ਅਸੀਂ ਉਸਦਾ ਵਿਰੋਧ ਕਰਦੇ ਰਹੇ ਹਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ। ਸੰਵਿਧਾਨ ਕੀ ਕਹਿ ਰਿਹਾ ਮਿੱਤਲ ਸਾਹਿਬ? ਵਿਰੋਧ ਕਰਨਾ ਵੱਖਰੀ ਗੱਲ ਹੈ, ਵਿਰੋਧ ਕਰ ਰਹੇ ਹੋ। ਸੰਵਿਧਾਨ ਇਹ ਕਹਿੰਦਾ ਜੰਮੂ ਕਸ਼ਮੀਰ ਦੇ ਵਿੱਚ ਜੋ ਤਿੱਕਰ ਵਿਧਾਨ ਸਭਾ ਉੱਥੋਂ ਦੀ ਨਹੀਂ ਕਰਦੀ ਗਈ ਉਹ ਤਿੱਕਰ ਤੁਸੀਂ ਕੁਝ ਨਹੀਂ ਕਰ ਸਕਦੇ। ਖਾਲੀ ਸਾਹਿਬ ਇਹੀ ਹੈ ਨਾ, ਕੰਸਟੀਟਿਊਐਂਟ ਅਸੈਂਬਲੀ ਰੀਕੰਸਟੀਟਿਊਟ ਹੋਏਗੀ? ਹਾਂ ਬਿਲਕੁਲ, ਉਹ ਦੁਬਾਰਾ ਆਰਟੀਕਲ 370 ਨੂੰ ਵਿਦਡਰਾ ਕਰ ਸਕਦੀ ਹੈ, ਰਿਵਿਊ ਕਰ ਸਕਦੀ ਹੈ, ਈਵਨ ਉੱਥੇ ਦੀ ਅਸੈਂਬਲੀ ਵੀ ਨਹੀਂ ਕਰ ਸਕਦੀ। ਤੁਸੀਂ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕਦੇ। ਪਹਿਲੇ ਸੁਣੀ ਚੱਲੋ, ਮੈਂ 370 ਅੱਜ ਸਾਡੀ ਬਹਿਸ ਜਿਹੜੀ ਮੇਨ ਪੈਂਦੀ ਹੈ, ਦੋਨੋਂ ਹੀ ਆ ਅਲੱਗ ਅਲੱਗ ਕਰਦੇ ਦੇਖੋ, ਫਿਰ ਵੰਡਣ ਵਾਲੀ ਗੱਲ ਕਰਦੇ ਹੋ ਤੁਸੀਂ। 370 ਵੀ ਹੈਗਾ, ਚਲੋ ਠੀਕ ਹੈ, ਤੁਸੀਂ ਕਹਿੰਦੇ 370 ਵੀ ਹੈਗਾ। 370 ਔਰ 35A ਇਹ ਜੰਮੂ ਕਸ਼ਮੀਰ ਦੇ ਵਾਸਤੇ ਇੱਕ ਸਪੈਸ਼ਲ ਸਟੇਟਸ ਜਿਹੜਾ ਬਣਿਆ ਸੀ, ਉਸ ਤੋਂ ਬਾਅਦ ਵਿਦਡਰਾ ਹੋਣਾ ਚਾਹੀਦਾ ਸੀ। ਸਮੇਂ ਸਮੇਂ 'ਤੇ ਇਸ ਦੀ ਡਿਮਾਂਡ ਅਸੀਂ ਕਰਦੇ ਰਹੇ ਹਾਂ। ਜਿਹੜੀ ਇਹ ਗੱਲ ਆਉਂਦੀ ਹੈ ਕਿ ਅਸੀਂ ਇਲੈਕਸ਼ਨ ਦੇ ਟਾਈਮ 'ਤੇ ਗੱਲ ਕਰਦੇ ਹਾਂ, ਬਾਅਦ 'ਚ ਨਹੀਂ ਕਰਦੇ, ਉਹ ਪ੍ਰਧਾਨ ਜੀ ਦਾ ਜੇ ਸਾਡੇ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਜੀ ਦਾ ਬਿਆਨ ਜੇ ਤੁਸੀਂ ਪੜ੍ਹੋ
ਉਹਦੇ 'ਚ ਉਹਨਾਂ ਨੇ ਬੜੇ ਕਲੀਅਰਲੀ ਕਿਹਾ ਕਿ ਇਸ ਵਾਸਤੇ ਸਾਡੇ ਕੋਲ ਸਟਰੈਂਥ ਨਹੀਂ ਹੈ ਰਾਜ ਸਭਾ ਦੀ ਔਰ ਇਸ ਔਰ ਰਾਜ ਸਭਾ ਦੀ ਸਟਰੈਂਥ ਆਏਗੀ ਮਿੱਤਲ ਸਾਹਿਬ ਪੀਡੀਪੀ ਦੇ ਨਾਲ ਮਿਲ ਕੇ ਤੁਸੀਂ ਕਰ ਸਕਦੇ ਸੀ ਪੀਡੀਪੀ ਦੇ ਨਾਲ ਮਿਲ ਕੇ ਕਰ ਸਕਦੇ ਨਹੀਂ ਸੀ ਕਿਹੜਾ ਸਮਝੌਤਾ ਕੀਤਾ ਜੀ ਪੀਡੀਪੀ ਦੇ ਨਾਲ ਤੁਸੀਂ ਪਿਛਲੀਆਂ ਚੋਣਾਂ ਵਿੱਚ ਵੀ ਗੱਲ ਕੀਤੀ ਸੀ ਮਿੱਤਲ ਸਾਹਿਬ ਤੁਸੀਂ ਲਗਾਤਾਰ ਮੰਗ ਕਰਦੇ ਹੋ ਮਿੱਤਲ ਸਾਹਿਬ ਆਪਾਂ ਟਾਈਮ ਜ਼ਿਆਦਾ ਲਾ ਰਹੇ ਹਾਂ ਪਰ ਆਪਾਂ ਜਵਾਬ ਨਹੀਂ ਦੇ ਰਹੇ ਨਹੀਂ ਤੁਸੀਂ ਮਿੱਤਲ ਸਾਹਿਬ ਮੇਰਾ ਸਵਾਲ ਬੜਾ ਸਿੰਪਲ ਹੈ ਪੀਡੀਪੀ ਨਾਲ ਮਿਲ ਕੇ ਕਰ ਸਕਦੇ ਸੀ ਕਿ ਨਹੀਂ ਕਰ ਸਕਦੇ ਮੈਂ ਤੇ ਕਲੀਅਰ ਕਹਿ ਰਿਹਾ ਕਿ ਪੀਡੀਪੀ ਦੇ ਨਾਲ ਜਿਹੜਾ ਸਾਡਾ ਸਮਝੌਤਾ ਸੀਗਾ ਉਹ ਕੁਝ ਇਸ਼ੂਜ਼ ਤੇ ਸੀ ਪੀਡੀਪੀ ਦੇ ਸਮਝੌਤੇ ਦੇ ਵਿੱਚ ਸਿਰਫ ਤੁਸੀਂ ਕਿਹਦੇ ਨਾਲ ਮਲਾਈ ਖਾਣ ਵਾਸਤੇ ਸਮਝੌਤਾ ਕਰ ਰਹੇ ਹੋ ਤੁਸੀਂ ਮਹਾਗਠਬੰਧਨ ਤੇ ਮਲਾਈ ਖਾਣ ਵਾਸਤੇ ਕਰ ਰਹੇ ਹੋ ਤੁਸੀਂ ਮਹਾਗਠਬੰਧਨ ਮਲਾਈ ਖਾਣ ਵਾਸਤੇ ਕਰ ਰਹੇ ਹੋ ਦੱਸੋ ਤੁਸੀਂ ਮਲਾਈ ਖਾਣ ਵਾਸਤੇ ਸਮਝੌਤਾ ਕਰ ਰਹੇ ਹੋ ਮਿੱਤਲ ਸਾਹਿਬ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਸਾਰੀਆਂ ਸਰਕਾਰਾਂ ਮਿੱਤਲ ਸਾਹਿਬ ਇੱਕ ਸਵਾਲ ਦਾ ਜਵਾਬ ਦੇ ਦਿਓ ਤੁਸੀਂ ਤੋੜਿਆ ਮਲਾਈ ਖਾਣ ਵਾਸਤੇ ਤੋੜਿਆ ਆਰਟੀਕਲ 370 ਉੱਥੇ ਦੀ ਆ ਰਿਹਾ ਆਰਟੀਕਲ 370 ਆਰਟੀਕਲ 35 ਏ ਕੀ ਤੁਹਾਡੀ ਵਿਚਾਰਧਾਰਾ ਦਾ ਹਿੱਸਾ ਸੀ ਜਾਂ ਹੈ ਸਾਡੀ ਵਿਚਾਰਧਾਰਾ ਦੇ ਵਿੱਚ ਅਸੀਂ ਕਦੇ ਵੀ 370 ਦਾ ਸਮਰਥਨ ਨਹੀਂ ਕੀਤਾ ਔਰ 370 ਇਹਦਾ ਮਤਲਬ ਵਿਚਾਰਧਾਰਾ ਦਾ ਕਤਲ ਕਰਕੇ ਤੁਸੀਂ ਪੀਡੀਪੀ ਦੇ ਨਾਲ ਗਏ ਤੁਸੀਂ ਗੱਲ ਨੂੰ ਇਹਦਾ ਮਤਲਬ ਇਹੀ ਹੈ ਨਾ ਵਿਚਾਰਧਾਰਾ ਦਾ ਕਤਲ ਕਰਕੇ ਤੁਸੀਂ ਪੀਡੀਪੀ ਦੇ ਨਾਲ ਸਾਂਝ ਪਾਈ ਮੇਰੇ ਤੋਂ ਜਵਾਬ ਲੈ ਲਓ ਹਾਂ ਤੁਸੀਂ ਗੱਲ ਕਹਿਤੀ ਮੇਰੇ ਤੋਂ ਜਵਾਬ ਲੈ ਲਓ ਇਲੈਕਸ਼ਨ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਸਟੇਟ ਦਾ ਇਲੈਕਸ਼ਨ ਹੁੰਦਾ ਉਹ 6 ਸਾਲ ਵਾਸਤੇ ਹੁੰਦਾ ਉੱਥੇ ਕੋਈ ਕਲੈਰਿਟੀ ਨਹੀਂ ਸੀ ਕਿ ਕਿਹਦੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਦੁਆਰਾ ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਜਾਣ ਦੀ ਬਜਾਏ ਅਸੀਂ ਉਹਨਾਂ ਦੇ ਨਾਲ ਸਮਝੌਤਾ ਕੀਤਾ ਇੱਕ ਏਜੰਡਾ ਸੈੱਟ ਕੀਤਾ ਵੀ ਆਹ ਸਾਡਾ ਕੰਮ ਦਾ ਏਜੰਡਾ ਹੋਏਗਾ ਜਦੋਂ ਉਸ ਏਜੰਡੇ ਦੇ ਉੱਤੇ ਇੱਕ ਕੁਛ ਚੀਜ਼ਾਂ ਦੇ ਉੱਤੇ ਜਿਵੇਂ ਅਮਿਤ ਸ਼ਾਹ ਜੀ ਦਾ ਸਾਡੇ ਬਿਆਨ ਆਇਆ ਕਿ ਜਦੋਂ ਉਹਨਾਂ ਨੇ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕੀਤਾ ਕੁਛ ਕ੍ਰਿਟੀਕਲ ਇਸ਼ੂਜ਼ ਤੇ ਜਿਹਦੇ 'ਤੇ ਅਸੀਂ ਸਮਝੌਤਾ ਨਹੀਂ ਸੀ ਕਰਦੇ ਅਸੀਂ ਉੱਥੇ ਵਿਦਡਰਾਅ ਕਰ ਲਿੱਤਾ ਮੁੱਦਾ ਮੁੱਖ ਕੀ ਹੈਗਾ ਕਿ ਜੇ ਉੱਥੇ 35A ਹਟਾਉਣਾ ਹੈ 35A ਹਟਾਉਣ ਦੇ ਸਾਡੀ ਪਾਰਟੀ ਦੇ ਜਿਹੜੀ ਹੈਗੀ ਹੈ ਉਹ ਹੱਕ 'ਚ ਹੈ ਕਿਉਂਕਿ 35A ਜਿਹੜਾ ਹੈਗਾ ਉਹ ਹਿੰਦੁਸਤਾਨ ਦੇ ਬਾਕੀ ਨਾਗਰਿਕਾਂ ਨੂੰ ਉਹ ਅਧਿਕਾਰ ਨਹੀਂ ਦਿੰਦੇ ਜੰਮੂ ਕਸ਼ਮੀਰ ਦੇ ਵਿੱਚ ਜੋ ਹੋਣੇ ਚਾਹੀਦੇ ਆ ਜੋ ਹਿੰਦੁਸਤਾਨ ਦੇ ਹਰ ਸਟੇਟ ਦੇ ਵਿੱਚ ਮੈਂ ਬ੍ਰੇਕ ਲੈਣੀ ਆ ਫਟਾਫਟ ਕਮੈਂਟ ਦੋ ਦੇਖੋ ਅਗਸਤ 2013 'ਚ ਜਦੋਂ ਇਹਨਾਂ ਦੀ ਮੁਫਤੀ ਜੀ ਨਾਲ ਸਰਕਾਰ ਸੀਗੀ ਮਹਿਬੂਬਾ ਜੀ ਨਾਲ ਮਹਿਬੂਬ ਚੱਲ ਰਿਹਾ ਸੀਗਾ ਉਸ ਸਮੇਂ ਉਹਨਾਂ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਮੋਦੀ ਜੀ ਨੇ ਮੈਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਉਹਨਾਂ ਦਾ ਧਾਰਾ 370 ਹਟਾਉਣ ਦਾ ਕੋਈ ਵੀ ਵਿਚਾਰ ਨਹੀਂ ਹੈ ਫਿਰ ਮਾਰਚ 2018 ਨੂੰ ਸੈਂਟਰ ਹੋਮ ਮਿਨਿਸਟਰ ਰਾਜਨਾਥ ਸਿੰਘ ਨੇ ਆਜ ਤੱਕ 'ਤੇ ਇੰਟਰਵਿਊ ਦਿੱਤੀ ਉਹਦੇ ਪਰ ਫਿਰ ਕਿਹਾ ਕਿ ਧਾਰਾ 370 ਹਟਾਉਣ ਦਾ ਸਾਡਾ ਕੋਈ ਮਸਲਾ ਨਹੀਂ ਹੈ ਫਿਰ ਮਾਰਚ 2018 ਨੂੰ ਸੈਂਟਰ ਹੋਮ ਮਿਨਿਸਟਰ ਜਿਹੜਾ ਇਹਨਾਂ ਦਾ ਹੈਗਾ ਹੰਸਰਾਜ ਹੀਰ ਉਹਨਾਂ ਨੇ ਇਹਨਾਂ ਦੇ ਹੀ ਮੰਤਰੀ ਜਿਹੜੇ ਅਸ਼ਵਨੀ ਚੌਬੇ ਹੈ ਉਹਨਾਂ ਨੇ ਇੱਕ ਸਵਾਲ ਕੀਤਾ ਉਹਦੇ ਜਵਾਬ 'ਚ ਕਿਹਾ ਕਿ ਅਸੀਂ ਧਾਰਾ 370 ਬਿਲਕੁਲ ਨਹੀਂ ਹਟਾ ਸਕਦੇ ਨਾ ਸਾਡੇ ਕੋਲ ਕੋਈ ਪ੍ਰਸਤਾਵ ਆਏ ਨਾ ਪ੍ਰਸਤਾਵ ਆਏਗਾ ਨਾ ਸਾਡਾ ਹਟਾਉਣ ਦਾ ਵਿਚਾਰ ਹੈ ਨਾ ਅਸੀਂ ਹਟਾਵਾਂਗੇ ਇਹ ਸੜਕ ਤੇ ਕੁਛ ਕਹਿੰਦੇ ਨੇ ਇਹ ਸੰਸਦ 'ਚ ਕੁਛ ਕਹਿੰਦੇ ਨੇ ਅੱਜ ਲੋਕਾਂ ਨੂੰ ਇਹਨਾਂ ਦੀ ਜੋ ਅਸਲੀਅਤ ਹੈ ਉਹ ਪਤਾ ਲੱਗਣੀ ਚਾਹੀਦੀ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਇਹਨਾਂ ਦੇ ਜਿਹੜੇ ਮਿਲ ਕੇ ਇਹਨਾਂ ਸਰਕਾਰ ਬਣਾ ਰਹੇ ਨੇ ਨਿਤੀਸ਼ ਕੁਮਾਰ ਉਹ ਬੜਾ ਆਰਟੀਕਲ ਦੇ ਥਰੂ ਕਹਿੰਦੇ ਨੇ ਕਿ ਧਾਰਾ 370 ਨਹੀਂ ਹਟਾਈ ਜਾ ਸਕਦੀ ਜੇ ਅਸੀਂ ਕਹਿੰਦੇ ਨੇ ਤਾਂ ਅਖਬਾਰ ਦੱਸ ਰਹੇ ਤੁਸੀਂ ਅਖਬਾਰ ਦੇ ਮਾਝ ਦੱਸ ਦਿਓ ਨਿਤੀਸ਼ ਕੁਮਾਰ ਬੀਜੇਪੀ ਨਹੀਂ ਹੈ ਅੱਛਾ ਉਹਨਾਂ ਨਾਲ ਮਿਲ ਕੇ ਤੁਸੀਂ ਸਰਕਾਰਾਂ ਬਣਾ ਸਕਦੇ ਹੋ ਨਿਤੀਸ਼ ਕੁਮਾਰ ਬੀਜੇਪੀ ਨਹੀਂ ਹੈ ਮੈਂ ਹਰ ਤੱਕ ਮਿਲਦਾ ਸਾਹਿਬ ਮਿਲਦਾ ਸਾਹਿਬ ਐਨਡੀਏ ਨਹੀਂ ਚਾਹੁੰਦੀ ਐਨਡੀਏ ਰਾਜਨਾਥ ਬੀਜੇਪੀ ਨਹੀਂ ਹੈ ਕਿ ਹੰਸਰਾਜ ਬੀਜੇਪੀ ਨਹੀਂ ਹੈ ਮੈਂ ਤਾਂ ਰਜੀਤਾ ਮਹਿਤਾ ਕਿ ਚੌਬੇ ਬੀਜੇਪੀ ਨਹੀਂ ਹੈ ਇੱਕ ਮਿੰਟ ਮਿੱਤਲ ਸਾਹਿਬ ਐਨਡੀਏ ਨਹੀਂ ਚਾਹੁੰਦਾ ਇਕੱਲੀ ਬੀਜੇਪੀ ਚਾਹੁੰਦੀ ਵੀ ਮੈਂ ਕਹਿ ਰਿਹਾ ਬੀਜੇਪੀ ਦੇ ਕੋਰ ਇਸ਼ੂਜ਼ ਹੈ ਉਹਨਾਂ ਦੇ ਐਨਡੀਏ ਨੇ ਮੈਂ ਸਵਾਲ ਸਿੰਪਲ ਕਰ ਰਿਹਾ ਨਾ ਸਿੰਪਲ ਮੈਂ ਬੀਜੇਪੀ ਦੀ ਗੱਲ ਕਰ ਰਿਹਾ ਐਨਡੀਏ ਨਹੀਂ ਚਾਹੁੰਦਾ ਬੀਜੇਪੀ ਚਾਹੁੰਦੀ ਇਕੱਲੀ ਬੀਜੇਪੀ ਚਾਹੁੰਦੀ ਹੈ ਇਸ ਸਹੂਲਤ ਦੀ ਰਾਜਨੀਤੀ ਕਰਦੇ ਨੇ ਬੀਜੇਪੀ ਦੇ ਪ੍ਰਧਾਨ ਜੀ ਨੇ ਬਿਆਨ ਦਿੱਤਾ ਹੈ ਬੀਜੇਪੀ ਦਾ ਕੋਰ ਇਸ਼ੂ ਹੈ ਔਰ ਬੀਜੇਪੀ ਇਸ ਗੱਲ ਨੂੰ ਇਨਸ਼ੋਰ ਕਰੇਗੀ ਕਿ 2020 ਉਹਨਾਂ ਨੇ ਕਿਹਾ ਕਿ 35 ਉਦੋਂ ਤੱਕ ਖਤਮ ਕਰਾਂਗੇ ਐਂਡ ਦੇ ਵਿਲ ਮੇਕ ਇਟ ਸ਼ੋਰ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਧਾਰਾ ਦੇ ਬਹਾਨੇ ਕਿਹੜੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੰਮੂ ਕਸ਼ਮੀਰ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜਿਹੀ ਸਿਆਸਤ ਦਾ ਮਿਸ਼ਨ ਹੈ ਕੀ ਹੈ ਵਾਰ ਵਾਰ ਇੱਥੇ ਗੱਲ ਕਹੀ ਜਾਂਦੀ ਕਿ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਬ੍ਰੇਕ ਤੋਂ ਵਾਪਸ ਆਵਾਂਗੇ ਸਾਰੇ ਸਵਾਲ ਹੋਣਗੇ ਜ਼ਰੂਰ ਸਵਾਲ ਇੱਕ ਪੁੱਛਣਾ ਬੜਾ ਸਵਾਲ ਸੀ ਪੁੱਛਣੇ ਭਾਰਤ 2020 ਵਾਲੀ ਡੈਡਲਾਈਨ ਤੈਅ ਕਰਨ ਵਾਲੀ ਸਿਆਸਤ ਦਾ ਮਿਸ਼ਨ ਕੀ ਹੈ ਮੁਹੰਮਦ ਖਾਲਿਦ ਸਾਹਿਬ ਸਵਾਲ ਇਹ ਹੈਗਾ ਕਿ ਚਲੋ ਬੀਜੇਪੀ ਤਾਂ ਤੁਸੀਂ ਕਹਿ ਤਾ ਪੋਲਰਾਈਜੇਸ਼ਨ ਵਾਲੀ ਪੋਲਿਟਿਕਸ ਕਰਦੀ ਪਈ ਹੈ ਸਵਾਲ ਇਹ ਹੈਗਾ ਜਦੋਂ ਮਹਿਬੂਬਾ ਮੁਫਤੀ ਇਹ ਕਹੇ ਕਿ ਧਾਰਾ 370 ਹਟੀ ਤਾਂ ਕਸ਼ਮੀਰ ਫਿਲਸਤੀਨ ਬਣ ਜਾਵੇਗਾ ਇਸ ਬਿਆਨ ਦਾ ਤੁਸੀਂ ਸਮਰਥਨ ਕਰਦੇ ਹੋ ਜਦੋਂ ਉਮਰ ਅਬਦੁੱਲਾ ਇਹ ਗੱਲ ਕਹਿਣ ਕਿ ਆਪਣੀ ਸਦਰ ਰਿਆਸਤ ਅਤੇ ਵਜ਼ੀਰ ਆਜ਼ਮ ਦੀ ਮੰਗ ਨੂੰ ਵੀ ਜਲਦ ਪੂਰਾ ਕਰਾਂਗੇ ਉਸ ਮੰਗ ਦਾ ਸਮਰਥਨ ਕਰਦੇ ਹੋ ਮੁਹੰਮਦ ਖਾਲਿਦ ਦੇਖੋ ਮੇਰੇ ਸਮਰਥਨ ਕਰਨ ਜਾਂ ਨਾ ਕਰਨ ਦੀ ਗੱਲ ਨਹੀਂ ਹੈ ਗੱਲ ਇਹ ਹੈ ਬੇਸਿਕਲੀ ਉੱਥੇ ਹੈ ਕਿਆ ਤੁਹਾਨੂੰ ਮੈਂ ਦੱਸਦਾ ਜਿਸ ਵੇਲੇ 1947 ਦੇ ਵਿੱਚ ਅਕਤੂਬਰ 1947 ਦੇ ਵਿੱਚ ਮਹਾਰਾਜਾ ਹਰੀ ਸਿੰਘ ਨੇ ਜੰਮੂ ਐਂਡ ਕਸ਼ਮੀਰ ਨੂੰ ਇੰਡੀਆ ਦਾ ਪਾਰਟ ਘੋਸ਼ਿਤ ਕੀਤਾ ਔਰ ਸਮਝੌਤਾ ਹੋਇਆ ਉਸ ਵੇਲੇ ਤਿੰਨ ਐਸੇ
उन्होंने सीड किए, बाकी सारे जिहड़े सीगे जम्मू कश्मीर की गवर्नमेंट कोल सीगे। वह तीन विषय क्या क्या सीगे, एक तो सीगा कम्यूनीकेशन, एक सीगा डिफेंस, तो एक सीगा एक्सटर्नल अफेयरस। ये तीन विषय गवर्नमेंट ऑफ इंडिया नू, लेकिन अज स्थिति की है स्लोली एंड ग्रेजुअली वो डायल्यूशन इन्नी हुई है कि जिहड़े 94-97 विषय हैं स्टेट सेंटर दे, उन्हां विचों 94 पर सेंटर गवर्नमेंट जम्मू कश्मीर वास्ते भी कानून बनाउंदी है। ठीक है, नंबर वन। नंबर दो, नंबर दो, हाँ सिर्फ तीन रह गए। नंबर दो, इसे तरीके दे नाल 395 जिहड़े आर्टिकल हैं कॉन्स्टिट्यूशन दे, उन्हां विचों 260 आर्टिकल जम्मू कश्मीर ते अज लागू हुंदे हैं जिवें कि बाकी स्टेटां दे उपर। ठीक है, ठीक है। इहदा मतलब हैगा कि जिहड़ी ओह सिचुएशन सीगी 1947 वाली, उहनूं डायल्यूट करके करके करके, और उस वेले सदरे रियासत भी सीगा जिहनूं बाद दे विच इहनां ने गवर्नर बनाता, पहलां वज़ीर आज़म सीगा ओरिजिनली, वज़ीर आज़म सीगा उहनूं बाद दे विच सीएम बनाता। नहीं, उमर अब्दुल्ला दे इस बयान दा मतलब की है फिर? इहदा मतलब ही हैगा इहनां ने, इह देखो जिस वेले उमर अब्दुल्ला या PDP या महबूबा मुफ्ती दे फादर होम मिनिस्टर खुद रहे हैं उन्होंने ये चीज़ा सारिया ऑलरेडी एक्सैप्ट की हुई जीडिया ऑलरेडी ड्रेन डाउन हो चुकी हूँ। उन्होंने वापस ले जाना कि जी मैं असं दोबारा उन्होंने प्रधानमंत्री कहेंगे तो पॉसिबल नहीं है। नहीं, बयान जो हाँ, जरूर है मैं समर्थन करना या नहीं करना फर्क नहीं पड़ता, विवादित बयान है या नहीं, मैं तुम्हें दस दूँ विवादित बयान है या नहीं मोहम्मद खालिद साहब। मैं तुम दसदा जिस तरीके 370 नाल इतने प्ले किया जा रहा है उत्थे भी इमोशंस नाल ऐसे, इहदा मतलब वो आपकी वोट बैंक पॉलिटिक्स सेट करते पे है, ये आपकी वोट बैंक पॉलिटिक्स सेट करते पे है, कोई दो राय नहीं हन, क्योंकि वो जड़ा हैगा यू कैन नॉट टर्न द क्लॉक बैक, तुसी वापस नहीं कर सकते, जो चीज हो चुकी है तो ऑलरेडी हो चुकी, हुन दोबारा उठे ना पड़दा। इंदे मतलब इंदे खालिद साहब जी वो आपदी सियासत सेट करदे पे, आपदी सियासत बिल्कुल, वो अपनी सियासत मूर्ख नु बनाया जा रहा है। देखो मूर्ख दा वोट बन रहे, जेड़ा वोट जिने वोट पाउनी है वो देख रहा है कि इलेक्शन दे टाइम दे उपर, क्योंकि ये पहली बार नहीं है, फारूक अब्दुल्ला ने पहला भी कई बार ऑटोनॉमी दी गल कीती है, पहला भी अज नहीं कहा, कई बार किया ऑटोनॉमी, वो जिहड़ा आर्टिकल 370 है बिल्कुल डिफरेंट मसला है, ये मसला जिहड़ा हैगा लीगली भी उलझा होया, कॉन्स्टिट्यूशन च भी उलझा होया, एक डिफरेंट इशू है। जिहड़ा वो कह रहे हैं कि असी प्रधानमंत्री वज़ीर आज़म बनावांगे या वो बनावांगे, वो चीज़ पॉसिबल नहीं है, वो अपना वोट बैंक सैट कर रहे हैं, वोट बैंक सैट कर रहे हैं। जगतार सिंह जिहड़ा इत्थे मुल्क दी पॉलिटिक्स दे विच जे तुसीं कह रहे हो कि असी ये वंडन वाली पॉलिटिक्स करदे हां दोनों वड्डियां पार्टियां, सवाल यह हैगा संगेड़ा साहब कि महबूबा मुफ्ती ते उमर अब्दुल्ला दे बयानां दे नाल तुसीं खड़दे हो आम आदमी पार्टी? नहीं देखो ये मतलब जस नो चे दा जवाब नहीं हैगा, खालिद साहब ने क्लियर करता है, तुसीं सपोर्ट करदे हो कि जिस के विवादित बयान, नहीं मैं ऑप्शन दे देना जतार संगेड़ा साहब, तुसीं इन्हां बयानां दी हमायत करदे हो जां नहीं करदे, ਇਹਨਾਂ ਬਿਆਨਾਂ ਦੇ ਨਾਲ ਖੜਦੇ ਹੋ ਜਾਂ ਨਹੀਂ ਖੜਦੇ, ਇਹ ਇੱਕ ਇੱਕੋ ਸਵਾਲ ਹੈ। ਸੁਣ ਲਓ ਇਹ ਬਿਆਨ ਦਿੱਤੇ ਜਾ ਸਕਦੇ ਕਿ ਨਹੀਂ ਦਿੱਤੇ ਜਾ ਸਕਦੇ? ਨਹੀਂ, ਬਿਆਨ ਨਹੀਂ ਦੇਣੇ ਚਾਹੀਦੇ, ਨਹੀਂ ਦੇਣੇ ਚਾਹੀਦੇ, ਇਹ ਦੇਸ਼ ਧਰੋਹੀ ਬਿਆਨ ਹੈ। देखो ये डेफिनेशन दी गल ना तुसी करो, दोवें ही धिरां जिहड़ियां आ अपने अपने वोटर नूं बेवकूफ बना रही हैं, जिहड़े उहनां दे मुख मुद्दे आ रुजगार दा मुद्दा, सेहत सहूलतां दा मुद्दा, एजुकेशन दा मुद्दा, रोटी कपड़ा मकान दा मुद्दा, जिहड़े जिहदे ते सरकारां ने अपनी परफॉर्मेंस देनी हुंदी आ, उह रिपोर्ट कार्ड लै के वोटरां च जाणा हुंदा आ, इररिस्पेक्टिव ऑफ जाति धर्म ते होर जिहड़े वख वख वंडे होए लोग, उन्होंने इन्हां चीज़ां ते वोट देनी हुंदी आ, सियासतदाना दा इह कम है। पर सारे जिहड़े असली मुद्दे रीयल मुद्दे आ उन्हां तों पब्लिक दा ध्यान भटकाउण लई ये इस तरह के आरजी मुद्दे छेड़दे आ, इन्हां नूं देश की कोई चिंता नहीं है, लोगों की कोई चिंता नहीं है, जे लड़ाई झगड़ा हो जाएगा इनोसेंट लोग मारे जाणगे, उहदे नाल भी ये अपनियां वोटां गिणदे आ, सिर्फ यह राजसी सत्ता हथियाउण दा ही साधन है। जिदा उत्थे PDP दे नाल सरकार बनाई आ, उत्थे इन्हां ने समझौता नहीं किया पे उन्नी देर असीं धारा 370 जां 35 जां इस तरह की कोई गल भी नहीं करांगे, इन्हां दी अंडरस्टैंडिंग हुई आ, मतलब ये हर एक चीज़ ते कंप्रोमाइज़ कर सकते आ, ये लोगों का नुकसान भी करवा सकते आ, मुल्क का नुकसान भी करवा सकते आ, पर राजनीति चाहिए आ। रंजीत मेहता, मैं इत्थे PDP महबूबा मुफ्ती ते उमर अब्दुल्ला भी अपने ठीक। रंजीता मेहता प्रधानमंत्री साहब जो तुहाडे तों सवाल पुछदे आ तुसीं उहदा जवाब की दोगे जदों कहिंदे आ कि उमर अब्दुल्ला दे इस बयान नाल कांग्रेस कित्थे स्टैंड करदी है? देखो मैनूं इक गल दा जवाब दवो,
ਜਦ ਤੁਸੀਂ PDP ਨਾਲ ਮਿਲ ਕੇ ਸਰਕਾਰ ਬਣਾਉਂਦੇ ਹੋ ਸਾਢੇ ਚਾਰ ਸਾਲ ਚੁੱਪ ਰਹਿੰਦੇ ਹੋ ਔਰ ਤੁਹਾਡੇ ਆਪਣੇ ਗ੍ਰਹਿ ਮੰਤਰੀ ਆਪਣੇ ਤੁਹਾਡੇ ਪ੍ਰਧਾਨ ਮੰਤਰੀ ਬਾਰ ਬਾਰ ਇਹ ਬਿਆਨ ਦਿੰਦੇ ਨੇ ਇੰਟਰਵਿਊਜ਼ ਦੇ ਵਿੱਚ TV ਦੇ ਮਾਧਿਅਮ ਤੇ ਚੈਨਲ ਦੇ ਮੈਂ ਤਾਂ ਫਿਰ ਤੁਸੀਂ ਉਹਨਾਂ ਤੇ ਗੱਲ ਪਾਤੀ ਨਾ ਤੁਸੀਂ ਆਪਦਾ ਜਵਾਬ ਕਿਉਂ ਨਹੀਂ ਦਿੰਦੇ ਜਿਵੇਂ ਉਹਨਾਂ ਨੇ ਕਹਿ ਦਿੱਤਾ ਸੀ ਇੰਡੀਆ ਦਾ ਏਜੰਡਾ ਨਹੀਂ ਹੈਗਾ BJP ਦਾ ਏਜੰਡਾ ਹੈ ਤੁਸੀਂ ਵੀ ਦੱਸੋ ਨਾ ਯੂਪੀ ਦਾ ਏਜੰਡਾ ਨਹੀਂ ਹੈਗਾ ਉਮਰ ਅਬਦੁੱਲਾ ਏਜੰਡਾ ਦੇਖੋ ਉਮਰ ਅਬਦੁੱਲਾ ਜੈਨਸੀ ਦਾ ਏਜੰਡਾ ਕਹੋ ਨਾ ਉਮਰ ਅਬਦੁੱਲਾ ਜੋ ਸਟੇਟਮੈਂਟ ਦੇ ਰਹੇ ਉਹਨਾਂ ਦੀ ਇੰਡੀਵਿਜੂਅਲ ਸਟੇਟਮੈਂਟ ਹੈ ਇਹ ਕਾਂਗਰਸ ਦੀ ਸਟੇਟਮੈਂਟ ਨਹੀਂ ਹੈ ਪਹਿਲੀ ਗੱਲ ਤਾਂ ਮੈਂ ਕਲੀਅਰ ਕਰਦਾ ਕਾਂਗਰਸ ਸਟੈਂਡ ਨਹੀਂ ਕਰਦੀ ਉਮਰ ਅਬਦੁੱਲਾ ਦੇ ਨਾਲ ਅਸੀਂ ਆਪਣਾ ਪੂਰਾ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਉਹਦੇ ਵਿੱਚ 370 ਧਾਰਾ ਦੇ ਲਈ ਪੂਰਾ ਵੱਡਾ ਪੈਰਾਗ੍ਰਾਫ ਇੱਕ ਇੱਕ ਲਾਈਨ ਕਲੀਅਰ ਕੀਤੀ ਹੈ ਕਿ ਅਸੀਂ ਉੱਥੇ ਲੋਕਾਂ ਦੇ ਅਮਨ ਸ਼ਾਂਤੀ ਚੈਨ ਲਈ ਉੱਥੇ ਦੇ ਵਪਾਰੀਆਂ ਲਈ ਉੱਥੇ ਦੇ ਬੱਚਿਆਂ ਲਈ ਜੋ ਬੈਸਟ ਪੋਸੀਬਲ ਹੋ ਸਕਦਾ ਉਹਨਾਂ ਦੀ ਨੌਕਰੀਆਂ ਵਾਸਤੇ ਉਹਨਾਂ ਦੇ ਵਪਾਰ ਵਾਸਤੇ ਅਸੀਂ ਕਟੀਬੱਧ ਹੈਗੇ ਅਸੀਂ ਉਹਨਾਂ ਵਾਸਤੇ ਕਰਾਂਗੇ ਅਸੀਂ ਇਸ ਬਾਤ ਦੇ ਵੀ ਕਟੀਬੱਧ ਹੈਗੇ ਕਿ ਉੱਥੇ ਸ਼ਾਂਤੀਪੂਰਵਕ ਚੋਣਾਂ ਕਰਾਂਗੇ ਤੁਸੀਂ ਉਮਰ ਅਬਦੁੱਲਾ ਦੇ ਬਿਆਨ ਨੂੰ ਕੰਡੈਮ ਕਰਦੇ ਹੋ ਦੇਖੋ ਮੈਂ ਤੁਹਾਨੂੰ ਕੀ ਕਿਹਾ ਉਮਰ ਅਬਦੁੱਲਾ ਦੇ ਬਿਆਨ ਨੂੰ ਕੰਡੈਮ ਕਰਦੇ ਹੋ ਤੁਸੀਂ ਰਜੀਤਾ ਮਹਿਤਾ ਜੋ ਉਮਰ ਅਬਦੁੱਲਾ ਨੇ ਬਿਆਨ ਦਿੱਤਾ ਹੈਗਾ ਉਹਨਾਂ ਦਾ ਇੰਡੀਵਿਜੂਅਲ ਬਿਆਨ ਹੈ ਉਹ ਕਾਂਗਰਸ ਪਾਰਟੀ ਦਾ ਬਿਆਨ ਨਹੀਂ ਹੈ ਤੁਸੀਂ ਉਸ ਨੂੰ ਕੰਡੈਮ ਕਰਦੇ ਕਿ ਨਹੀਂ ਕਰਦੇ ਅਸੀਂ ਕਾਂਗਰਸ ਪਾਰਟੀ ਦਾ ਬਿਆਨ ਨਹੀਂ ਹੈ ਮੈਂ ਤੁਸੀਂ ਉਸ ਬਿਆਨ ਦਾ ਵਿਰੋਧ ਕਰਦੇ ਹੋ ਕਿ ਨਹੀਂ ਕਰਦੇ ਮੈਂ ਤੁਹਾਨੂੰ ਬਾਰ ਬਾਰ ਕਹਿ ਕਿ ਉਹ ਇਹਦਾ ਮਤਲਬ ਤੁਸੀਂ ਹੱਕ ਵਿੱਚ ਖੜੇ ਹੋ ਇਹਦਾ ਮਤਲਬ ਤੁਸੀਂ ਹੱਕ ਵਿੱਚ ਖੜੇ ਹੋ ਰਜੀਤਾ ਮਹਿਤਾ ਇਹਦਾ ਮਤਲਬ ਤੁਸੀਂ ਹੱਕ ਵਿੱਚ ਖੜੇ ਹੋ ਉਸ ਬਿਆਨ ਦੇ ਹੱਕ ਵਿੱਚ ਖੜੇ ਹੋ ਤੁਸੀਂ ਦੇਖੋ ਤੁਸੀਂ ਆਪਣੇ ਸ਼ਬਦ ਮੇਰੇ ਮੂੰਹ ਚ ਨਹੀਂ ਪਾ ਸਕਦੇ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਦਾ ਇੰਡੀਵਿਜੂਅਲ ਬਿਆਨ ਹੈ ਇਹ ਕਾਂਗਰਸ ਪਾਰਟੀ ਦਾ ਨਾ ਬਿਆਨ ਹੈ ਕਾਂਗਰਸ ਪਾਰਟੀ ਉਸ ਤੇ ਵਾਇਸ ਵਿਚਾਰਧਾਰਾ ਚੱਲਦੀ ਹੈ ਕਾਂਗਰਸ ਪਾਰਟੀ ਨੇ ਆਪਣਾ ਬਿਲਕੁਲ ਸਟੈਂਡ ਕਲੀਅਰ ਕਰ ਦਿੱਤਾ ਹੈ ਮੈਨੀਫੈਸਟੋ ਸਾਡਾ ਆ ਚੁੱਕਿਆ ਹੈ ਉਹਦੇ ਵਿੱਚ ਅਸੀਂ ਇੱਕ ਇੱਕ ਲਾਈਨ ਕਲੀਅਰ ਕੀਤੀ ਹੈ ਕਿ ਅਸੀਂ ਉੱਥੇ ਸ਼ਾਂਤੀਪੂਰ ਚੋਣਾਂ ਕਰਾਵਾਂਗੇ ਉੱਥੇ ਦੇ ਲੋਕਾਂ ਦੀ ਅਮਨ ਚੈਨ ਸ਼ਾਂਤੀ ਵਾਸਤੇ ਰੋਜ਼ਗਾਰ ਵੀ ਉਪਲਬਧ ਵਪਾਰ ਵੀ ਬਿਆਨ ਦਾ ਵਿਰੋਧ ਨਹੀਂ ਕਰਾਂਗੇ ਅਸੀਂ ਉਹ ਉਹਨਾਂ ਦਾ ਇੰਡੀਵਿਜੂਅਲ ਬਿਆਨ ਹੈਗਾ ਉਹ ਤੇ ਕੱਲ ਨੂੰ ਕੇਂਦਰ ਸਰਕਾਰ ਡਿਸਾਈਡ ਕਰੇਗੀ ਕਿ ਉਹਨਾਂ ਦਾ ਜਾਣੇ ਕਿ ਨਹੀਂ ਜਾਣੇ ਕਿਹੋ ਜੀ ਸਿਆਸਤ ਹੈ ਇਹ ਬਿਆਨ ਦਾ ਵਿਰੋਧ ਵੀ ਨਹੀਂ ਕਰਨਾ ਚਾਹੁੰਦੇ ਨਿੱਜੀ ਬਿਆਨ ਦੇਖੋ ਇਦਾਂ ਹੈ ਜਿਵੇਂ ਮੈਨੇ ਮੈਨੀਫੈਸਟੋ ਦਾ ਪਾਰਟ ਪੜਿਆ ਸੀਗਾ ਆਰਟੀਕਲ 370 ਦੇ ਬਾਰੇ ਕਾਂਗਰਸ ਬਿਲਕੁਲ ਕਲੀਅਰ ਹੈ ਕਾਂਗਰਸ ਸਪੋਰਟ ਕਰਦੀ ਹੈ ਲੇਕਿਨ ਜਿਹੜੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਬਣਾਉਣਾ ਉੱਥੇ ਵਜ਼ੀਰ ਆਜ਼ਮ ਜਾਂ ਸਦਰ ਰਿਆਸਤ ਇਸ ਤਰ੍ਹਾਂ ਦੀ ਕੋਈ ਗੱਲ ਕਾਂਗਰਸ ਨੇ ਨਹੀਂ ਕੀਤੀ ਇਨਫੈਕਟ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ 1952 ਦੇ ਵਿੱਚ ਇੱਕ ਦਿੱਲੀ ਐਗਰੀਮੈਂਟ ਹੋਇਆ ਸੀਗਾ ਬਿਲਕੁਲ ਠੀਕ ਹੈ 1952 ਦੇ ਐਗਰੀਮੈਂਟ ਦੇ ਵਿੱਚ ਇਹ ਬਿਲਕੁਲ ਕਲੀਅਰ ਸੀਗਾ ਉਹ ਕਾਂਗਰਸ ਹੀ ਨਹੀਂ ਸੀ ਉਸ ਵੇਲੇ ਸਰਕਾਰ ਕਾਂਗਰਸ ਦੀ ਸੀਗੀ ਨਾ ਬਿਲਕੁਲ ਕਲੀਅਰ ਕੀਤਾ ਸੀਗਾ ਕਿ ਸਿਟੀਜ਼ਨਸ਼ਿਪ ਦਾ ਜਿਹੜਾ ਮਸਲਾ ਹੈਗਾ ਉਹ ਜੰਮੂ ਐਂਡ ਕਸ਼ਮੀਰ ਨੂੰ ਛੱਡ ਕੇ ਬਾਕੀ ਸਭ ਜਗ੍ਹਾ ਇਹ ਲਾਗੂ ਹੋਏਗਾ ਸੰਵਿਧਾਨ ਜੰਮੂ ਐਂਡ ਕਸ਼ਮੀਰ ਆਪਣਾ ਅਲੱਗ ਉਹ ਕਰੇਗਾ ਜੋ ਸ਼ੇਖ ਅਬਦੁੱਲਾ ਇਸੇ ਤਰੀਕੇ ਦੇ ਨਾਲ 54 ਦੇ ਵਿੱਚ ਹੋਇਆ 57 ਦੇ ਵਿੱਚ ਜਿਸ ਵੇਲੇ ਉੱਥੇ ਅਸੈਂਬਲੀ ਬਣੀ ਪਹਿਲੀ ਵਾਰ ਜਿਸ ਵੇਲੇ ਜੰਮੂ ਐਂਡ ਕਸ਼ਮੀਰ 'ਚ ਪਹਿਲਾ ਅਸੈਂਬਲੀ ਦਾ ਇਲੈਕਸ਼ਨ ਹੋਣ ਤੋਂ ਬਾਅਦ ਅਸੈਂਬਲੀ ਬਣੀ ਉਸ ਤੋਂ ਬਾਅਦ ਵੀ ਇਹ ਚੀਜ਼ਾਂ ਬਿਲਕੁਲ ਕਲੀਅਰ ਸੀਗੀਆਂ ਕਿ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਸੈਂਟਰ ਦੀਆਂ ਹੋਣਗੀਆਂ ਜਾਂ ਸਟੇਟ ਦੀਆਂ ਹੋਣਗੀਆਂ ਜਿਵੇਂ ਮੈਂ ਪਹਿਲਾਂ ਸੈਗਮੈਂਟ 'ਚ ਕਹਿ ਚੁੱਕਿਆ ਹੌਲੀ ਹੌਲੀ ਉਹ ਡਾਇਲਿਊਟ ਹੁੰਦਾ ਚਲਾ ਗਿਆ ਡਾਇਲਿਊਟ ਹੋ ਕੇ ਇੱਥੇ ਹੋ ਗਿਆ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਜੰਮੂ ਕਸ਼ਮੀਰ ਗੌਰਮੈਂਟ ਕੋਲ ਰਹਿ ਗਈਆਂ ਬਾਕੀ ਸਾਰੀਆਂ ਕੇਂਦਰ ਕੋਲ ਆਲਰੇਡੀ ਆ ਚੁੱਕੀਆਂ ਆਰਟੀਕਲ 370 ਬਾਰੇ ਉਹ ਭਾਵ ਕਿਸ ਕਰਕੇ ਆ ਉਹ ਕਹਿੰਦੇ ਇਹਦੇ ਨਾਲ ਜਿਹੜਾ ਹੈਗਾ ਇੱਕ ਫਲੱਡ ਗੇਟ ਖੁੱਲੇਗਾ ਉਹ ਫਲੱਡ ਗੇਟ ਉਹ ਖੋਲਣਾ ਨਹੀਂ ਚਾਹੁੰਦੇ ਮਿੱਤਲ ਸਾਹਿਬ ਫਲੱਡ ਗੇਟ ਖੁੱਲੂਗਾ ਦੇਖੋ ਮੈਂ ਤਾਂ ਬੜੀ ਸਿੰਪਲ ਜੀ ਗੱਲ ਹੈ ਸਾਰੀਆਂ ਸਟੇਟਸ ਹੈ ਅੱਜ ਸਾਰੀਆਂ ਸਟੇਟਸ 'ਚ ਦੁਨੀਆ 'ਚ ਜਾਂਦੀਆਂ ਬਿਜ਼ਨਸਮੈਨ ਨੂੰ ਇਨਵਾਈਟ ਕਰਦੀਆਂ ਕਿ ਸਾਡੇ ਦੇਸ਼ 'ਚ ਆਓ ਸਾਡੀ ਸਟੇਟ 'ਚ ਆਓ ਇੱਥੇ ਸਾਡੀ ਸਟੇਟ 'ਚ ਆ ਕੇ ਕਾਰੋਬਾਰ ਕਰੋ ਤਾਂ ਕਿ ਸਾਡੇ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਲੇਕਿਨ ਜੰਮੂ ਕਸ਼ਮੀਰ ਨੇ ਲੇਕਿਨ ਤੁਸੀਂ ਵੀ ਕਿਹੜਾ ਲਿਆ ਏ ਜੰਮੂ ਕਸ਼ਮੀਰ ਨੂੰ ਤੁਸੀਂ ਇੱਕ ਬਲੌਕ ਬਣਾ ਕੇ ਬੰਦ ਕਰਕੇ ਇਹ ਆਰਟੀਕਲ 35A ਦੇ ਨਾਲ ਔਰ ਆਰਟੀਕਲ 370 ਦੇ ਵਿੱਚ ਕੁਛ ਐਸੀਆਂ ਜਿਹੜੀਆਂ ਕੰਡੀਸ਼ਨਸ ਲੱਗੀਆਂ ਕਿ ਸਟੇਟ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾਂ ਸੈਂਟਰ ਸਰਕਾਰ ਕਾਨੂੰਨ ਨਹੀਂ ਬਣਾ ਸਕਦੀ ਉਸ ਦੇ ਨਾਲ ਤੁਸੀਂ ਲੋਕਾਂ ਨੂੰ ਉੱਥੇ ਦੇ ਲੋਕਾਂ ਨੂੰ ਕਈ ਚੀਜ਼ਾਂ ਤੋਂ ਵਾਂਝੇ ਰੱਖਿਆ ਹੁਣ ਮੈਂ ਇੱਕ ਦੋ ਗੱਲਾਂ ਹੋਰ ਵੀ ਕਰਨੀਆਂ ਚਾਹੁੰਦਾ ਜਿਸ ਤਰੀਕੇ ਦੇ ਨਾਲ ਗੱਲ ਕੀਤੀ ਗਈ ਕਿ ਜੀ ਅਸੀਂ ਤਾਂ ਫਿਰਕੂ ਗੱਲਾਂ ਕਰਦੇ ਇਹਦੇ 'ਚ ਫਿਰਕੂ ਗੱਲ ਨਹੀਂ ਹੈ ਆਰਟੀਕਲ 35 'ਚ ਫਿਰਕੂ ਗੱਲ ਕਿਹੜੀ ਹੋਈ ਅਸੀਂ ਲੜਾ ਰਹੇ ਕਿਹੜੀ ਲੜਾਉਣ ਦੀ ਗੱਲ ਕਰ ਰਹੇ ਹਾਂ ਅਸੀਂ ਇੱਕੋ ਹੀ ਗੱਲ ਕਹਿੰਦੇ ਹਾਂ ਸ਼ੁਰੂ ਦਿਨ ਤੋਂ ਇੱਕੋ ਗੱਲ ਕਹਿ ਰਹੇ ਹਾਂ ਕਿ ਦੇਅਰ ਕੈਨੋਟ ਬੀ ਏ ਸਟੇਟ ਵਿਦ ਇਨ ਦੀ ਸਟੇਟ ਜੋ ਅਧਿਕਾਰ ਹਿੰਦੁਸਤਾਨ ਦੇ ਹਰ ਨਾਗਰਿਕ ਨੂੰ ਹੈ ਉਹ ਅਧਿਕਾਰ ਜੰਮੂ ਕਸ਼ਮੀਰ ਦੇ ਨਾਗਰਿਕ ਨੂੰ ਹੋਣਾ ਚਾਹੀਦਾ ਔਰ ਜੋ ਅਧਿਕਾਰ ਹਿੰਦੁਸਤਾਨ ਦੀ ਹਰ ਸਟੇਟ 'ਚ ਜਾ ਕੇ ਹਿੰਦੁਸਤਾਨ ਦਾ ਕਿਸੇ ਵੀ ਸਟੇਟ ਦਾ ਨਾਗਰਿਕ ਕਰ ਸਕਦਾ ਇਸਤੇਮਾਲ ਕਰ ਸਕਦਾ ਉਹ ਸਾਨੂੰ ਜੰਮੂ ਕਸ਼ਮੀਰ 'ਚ ਵੀ ਅਵੇਲੇਬਲ ਹੋ ਤੁਸੀਂ ਹਿੰਦੁਸਤਾਨ ਦੀ ਲੜਾਈ ਲੜਦੇ ਪਏ ਹੋ ਮਿੱਤਲ ਸਾਹਿਬ ਹਿੰਦੁਸਤਾਨ ਦੀ ਲੜਾਈ ਲੜਦੇ ਪਏ ਹੋ ਕਿ ਹਿੰਦੂ ਰਾਸ਼ਟਰਵਾਦੀ ਲੜਾਈ ਲੜਦੇ ਪਏ ਹੋ ਹਿੰਦੁਸਤਾਨ ਦੇ ਵਾਸਤੇ ਗੱਲ ਕਰਦੇ ਹੈ ਜੇ ਜੰਮੂ ਕਸ਼ਮੀਰ ਦੇ ਵਿੱਚ ਓਪਨ ਹੋਏਗਾ ਤਾਂ ਸਿਰਫ ਹਿੰਦੂਆਂ ਨੂੰ ਅਧਿਕਾਰ ਨਹੀਂ ਮਿਲੇਗਾ ਹਿੰਦੁਸਤਾਨ ਦੇ ਹਰ ਨਾਗਰਿਕ ਨੂੰ ਉੱਥੇ ਜਾਣ ਦਾ ਉੱਥੇ ਨੌਕਰੀ ਕਰਨ ਦਾ ਉੱਥੇ ਜਾ ਕੇ ਵਸਣ ਦਾ ਉੱਥੇ ਜਾ ਕੇ ਪ੍ਰੋਪਰਟੀ ਖਰੀਦ ਕੇ ਕੋਈ ਬਿਜ਼ਨਸ ਕਰਨ ਦਾ ਅਧਿਕਾਰ ਤੁਹਾਨੂੰ ਲੱਗਦਾ ਹੈ ਕਿ ਧਾਰਾ 35A ਦੇ ਨਾਲ ਮੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਧਾਰਾ 35A ਦੇ ਨਾਲ ਜੰਮੂ
ਤੁਸੀਂ ਅੰਦਰ ਕੁਝ ਕਹਿੰਦੇ ਹੋ ਬਾਹਰ ਕੁਝ ਕਹਿੰਦੇ ਹੋ ਤੁਹਾਡਾ ਰਾਜਪਾਲ ਕੁਝ ਕਹਿੰਦਾ ਤੁਹਾਡਾ ਪ੍ਰਧਾਨ ਮੰਤਰੀ ਕੁਝ ਕਹਿੰਦਾ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰ ਦਿਓ ਵੋਟਾਂ ਦੀ ਚਾਨਣੀ ਕਿਸ ਨੂੰ ਦੇਖ ਰਹੀ ਹੈ ਸਵਾਲ ਇੱਥੇ ਅਗਰ ਉੱਗਦਾ ਹੈਗਾ ਕਿਉਂਕਿ ਸਾਰਾ ਵੋਟ ਬੈਂਕ ਪੋਲਿਟਿਕਸ ਦਾ ਮਸਲਾ ਹੈਗਾ ਜਦੋਂ ਇਹੋ ਜਿਹਾ ਮਸਲਾ ਹੋਵੇ ਤੇ ਫਿਰ ਵਾਦੀ ਦੀ ਸ਼ਾਂਤੀ ਦੇ ਵਿੱਚ ਅਸ਼ਾਂਤੀ ਇਹ ਵੋਟ ਬੈਂਕ ਪੋਲਿਟਿਕਸ ਫੈਲਾਉਂਦੀ ਹੈਗੀ ਬ੍ਰੇਕ ਤੋਂ ਵਾਪਸ ਆ ਰਹੇ ਆਖਰੀ ਇਸ ਦੇ ਵਿੱਚ ਹੋਵਾਂਗੇ ਅਸੀਂ ਸਵਾਲ ਇੱਕ ਪੁੱਛ ਰਹੇ ਹਾਂ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਭਾਰਤ 'ਚ 2020 ਵਾਲੀ ਡੈਡਲਾਈਨ ਤੈਅ ਕਰਨ ਵਾਲੀ ਸਿਆਸਤ ਕਮਿਸ਼ਨ ਕੀ ਮੁਹੰਮਦ ਖਾਲਿਦ ਸਾਹਿਬ ਇੱਕ ਛੋਟਾ ਜਿਹਾ ਮੈਨੂੰ ਜਵਾਬ ਦੇ ਦਿਓ ਧਾਰਾ 35A ਦੇ ਨਾਲ ਕੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਦੇਖੋ ਇਹ ਪਰਸੈਪਸ਼ਨ ਦੀ ਗੱਲ ਹੈ ਉਹ ਕਹਿੰਦੇ ਆ ਮਨੁੱਖੀ ਅਧਿਕਾਰਾਂ ਦਾ ਉਲੰਘਣ ਤਦ ਹੋਏਗਾ ਜਿਸ ਵੇਲੇ ਸਾਡੀ ਆਈਡੈਂਟੀ ਬਿਲਕੁਲ ਖਤਮ ਕਰ ਦਿਓਗੇ ਤੁਸੀਂ ਅਗਰ ਆਰਟੀਕਲ 35A ਖਤਮ ਹੁੰਦਾ ਦੂਸਰੇ ਪਾਸੇ ਆਰਗੂਮੈਂਟ ਇਹ ਹੈਗਾ ਆਰਟੀਕਲ 35A ਖਤਮ ਹੋਣਾ ਚਾਹੀਦਾ ਤਾਂ ਕਿ ਜੰਮੂ ਐਂਡ ਕਸ਼ਮੀਰ ਬਿਲਕੁਲ ਓਪਨ ਹੋਵੇ ਜਿਵੇਂ ਕਿ ਬਾਕੀ ਦੇ ਸਟੇਟਸ ਓਪਨ ਹੈ ਹਰ ਤਰ੍ਹਾਂ ਦੇ ਕਾਰੋਬਾਰ ਵਾਸਤੇ ਸੈਟਲਮੈਂਟ ਵਾਸਤੇ ਵਗੈਰਾ ਵਗੈਰਾ ਜਿੱਥੇ ਤੱਕ ਹਿਊਮਨ ਰਾਈਟਸ ਦੀ ਵਾਇਲੇਸ਼ਨ ਦਾ ਸਵਾਲ ਹੈ ਹਿਊਮਨ ਰਾਈਟਸ ਦੀ ਵਾਇਲੇਸ਼ਨ ਤਾਂ ਉੱਥੇ ਵੈਸੇ ਵੀ ਬਹੁਤ ਹੋ ਰਹੀ ਹੈ ਜੰਮੂ ਐਂਡ ਕਸ਼ਮੀਰ ਦੇ ਵਿੱਚ ਆਪਾਂ ਯੂਨਾਈਟਿਡ ਨੇਸ਼ਨਸ ਦੀਆਂ ਰਿਪੋਰਟਾਂ ਪੜ੍ਹ ਲਓ ਅਤੇ ਹੋਰ ਪੜ੍ਹ ਲਓ ਉਹ ਇੱਕ ਡਿਫਰੈਂਟ ਇਸ਼ੂ ਹੈ ਉਹਦੇ ਪਰ ਮੈਂ ਨਹੀਂ ਜਾਊਂਗਾ ਲੇਕਿਨ ਇੰਨਾ ਜ਼ਰੂਰ ਹੈਗਾ ਆਰਟੀਕਲ 35A ਅੱਜ ਦੀ ਡੇਟ ਦੇ ਵਿੱਚ ਜਾਂ 370 ਖਤਮ ਨਹੀਂ ਕੀਤਾ ਜਾ ਸਕਦਾ ਰਾਮ ਮੰਦਰ ਸੁਣੋ ਇੱਕ ਮਿੰਟ ਰਾਮ ਮੰਦਰ ਵਾਸਤੇ ਵੀ ਪਹਿਲਾਂ ਕਹਿੰਦੇ ਸੀ ਸਾਨੂੰ ਮੈਜੋਰਟੀ ਦਿਓ ਮੈਜੋਰਟੀ ਮਿਲ ਗਈ ਫਿਰ ਕਹਿੰਦੇ ਸਾਡੀ ਮੈਜੋਰਟੀ ਸੈਂਟਰ ਦੇ ਵਿੱਚ ਦਿਓ ਸੈਂਟਰ ਦੇ ਵਿੱਚ ਵੀ ਮਿਲ ਗਈ ਹੁਣ ਰਾਜ ਸਭਾ ਦਾ ਮਸਲਾ ਫਸ ਗਿਆ ਗੱਲ ਇਹ ਹੈਗਾ ਜਿਹੜੇ ਸੰਵਿਧਾਨਕ ਮਸਲੇ ਆ ਸਾਡਾ ਜਿਹੜਾ ਹੈਗਾ ਬਨਾਨਾ ਸਟੇਟ ਨਹੀਂ ਹੈ ਬਨਾਨਾ ਰਿਪਬਲਿਕ ਨਹੀਂ ਹੈ ਕਿ ਕਿਸੇ ਦੀ ਮਨਮਰਜ਼ੀ ਚੱਲ ਸਕਦੀ ਹੈ ਸਾਡੇ ਕੋਲ ਇੱਕ ਕਾਂਸਟੀਟਿਊਸ਼ਨ ਹੈ ਇੱਕ ਸੰਵਿਧਾਨ ਹੈ ਲਾਅ ਹੈ ਰੂਲ ਆਫ ਲਾਅ ਕਾਇਮ ਹੈ ਉਹਦੇ ਮੁਤਾਬਕ ਸਾਰਾ ਕੁਝ ਹੋਏਗਾ ਚਾਹੇ ਆਰਟੀਕਲ 370 ਹੈ ਇਦਾਂ ਸਮਝਾ ਰਿਪਬਲਿਕ ਨੂੰ ਬੇਵਕੂਫ ਬਣਾ ਰਿਹਾ ਜੀ ਦੇਖੋ ਜਿੱਦਾਂ ਇਲੈਕਸ਼ਨ ਦੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਜਿਹੜੀ ਹੈਗੇ ਆ ਸ਼ਗੂਫੇ ਕਿੰਨੇ ਮਰਜ਼ੀ ਛੱਡ ਲਓ ਹੋਣਾ ਉਹੀ ਹੈ ਜੋ ਕਾਂਸਟੀਟਿਊਸ਼ਨਲੀ ਪੋਸੀਬਲ ਹੈ ਜਗਤਾਰ ਸਿੰਘ ਜੜਾ ਸ਼ਗੂਫੇ ਛੱਡੇ ਜਾ ਰਹੇ ਆ ਬਿਲਕੁਲ ਛੱਡੇ ਜਾ ਰਹੇ ਆ ਮੈਂ ਤਾਂ ਮਿੱਤਰ ਸਾਹਿਬ ਨੂੰ ਜਦੋਂ ਮੈਨੂੰ ਗੱਲ ਕਹਿਣ ਨਹੀਂ ਦਿੱਤੀ ਮੈਂ ਇਹੀ ਕਹਿਣ ਲੱਗਾ ਸੀਗਾ ਵੀ ਜਿਹੜਾ ਇਹ ਕਹਿ ਰਹੇ ਆ ਰਾਸ਼ਟਰ ਦੇ ਵਿੱਚ ਰਾਸ਼ਟਰ ਰਾਸ਼ਟਰ ਦੇ ਵਿੱਚ ਰਾਸ਼ਟਰ ਇਹ ਚੋਣਾਂ ਦੇ ਨੇੜੇ ਜਾ ਕੇ ਇਦਾਂ ਦੇ ਤੁਹਾਨੂੰ ਫੁਰਨੇ ਕਿਉਂ ਨਹੀਂ ਅਸੀਂ 1952 ਤੋਂ ਕਹਿੰਦੇ ਆ ਰਹੇ ਨਾ ਬੋਲੋ 1952 ਤੋਂ ਕਹਿੰਦੇ ਆ ਰਹੇ ਸ਼ਾਮਾ ਪ੍ਰਸ਼ਾਦ ਮੁਖਰਜੀ ਦਾ ਇਹੀ ਨਾਰਾ ਸੀ ਇੱਕ ਦੇਸ਼ ਮੇ ਦੋ ਵਿਧਾਨ ਦੋ ਪ੍ਰਧਾਨ ਔਰ ਦੋ ਨਿਸ਼ਾਨੀਆਂ ਐਸੇ ਨਾਰੇ ਤੇ ਇਹੀ ਸ਼ਾਮਾ ਪ੍ਰਸ਼ਾਦ ਮੁਖਰਜੀ ਦਾ ਨਾਰਾ ਸੀ ਮੈਂ ਕਹਿੰਦਾ ਤੁਸੀਂ 100 ਸਾਲ 1952 ਤੋਂ ਕਹਿੰਦੇ ਆ ਰਹੇ ਸੀ ਨਹੀਂ ਕੁਛ ਨਹੀਂ ਔਰ ਉਸੇ ਦਾ ਨਤੀਜਾ ਕਿ ਇਹ ਬੰਦ ਹੋਇਆ ਮੈਨੂੰ ਸੈਂਟੈਂਸ ਤਾਂ ਪੂਰਾ ਕਰ ਲੈਣ ਦਿਓ ਜਦੋਂ ਪੀਡੀਪੀ ਨੇ ਸਰਕਾਰ ਬਣਾਈ ਆ ਉਦੋਂ ਵੀ ਤੁਹਾਨੂੰ ਇਹ ਯਾਦ ਨਹੀਂ ਆਇਆ ਮਤਲਬ ਤੁਹਾਨੂੰ ਚੋਣਾਂ ਦੇ ਨੇੜੇ ਜਾ ਕੇ ਤੁਸੀਂ ਕਹਿੰਦੇ 1952 ਤੋਂ ਹੀ ਸਾਨੂੰ ਚੋਣਾਂ ਦੇ ਨੇੜੇ ਜਾ ਕੇ ਯਾਦ ਕਾਂਗਰਸ ਦਾ ਵਿਰੋਧ ਕਰਦੇ ਸੀ ਅੱਜ ਕਾਂਗਰਸ ਨੂੰ ਜੱਫੀਆਂ ਪਾਦੇ ਕੰਮ ਕਰੋਗੇ ਦੱਸੋ ਮੈਨੂੰ 100 ਸਾਲ ਤੁਸੀਂ ਇਹੀ ਕੰਮ ਕਰੀ ਜਾਣਾ ਸਵਾਲ ਹੀ ਨਹੀਂ ਸਵਾਲ ਹੀ ਤਾਂ ਹੈ ਹੀ ਨਹੀਂ ਮੁੱਦਾ ਭੜਕਾ ਦਿਓ ਯਾਨੀ ਇਹ ਕੁੱਲ ਮਿਲਾ ਕੇ ਮਿੱਤਲ ਸਾਹਿਬ ਸਾਰੇ ਵਿਚਾਰਧਾਰਾ ਦਾ ਕਤਲ ਕਰਦੇ ਆ ਨਹੀਂ ਵਿਚਾਰਧਾਰਾ ਦਾ ਕਤਲ ਫਿਰ ਇਹੀ ਹੈ ਤੁਸੀਂ ਆਪ ਹੀ ਨਹੀਂ 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 ਦੇਖੋ ਇਸ ਤਰ੍ਹਾਂ ਇਲੈਕਸ਼ਨ ਹੋਇਆ ਮੈਂ ਪਹਿਲੇ ਵੀ ਗੱਲ ਕੀਤੀ ਹੈ ਕਲੀਅਰ ਮੈਂਡੇਟ ਕਿਸੇ ਨੂੰ ਨਹੀਂ ਆਇਆ ਉਸ ਹਾਲਾਤ ਦੇ ਵਿੱਚ ਅਸੀਂ ਨਹੀਂ ਸੀ ਚਾਹੁੰਦੇ ਕਿ ਸਟੇਟ 'ਚ ਦੁਬਾਰਾ ਇਲੈਕਸ਼ਨ ਹੋਵੇ ਔਰ ਨਹੀਂ ਬਿਲਕੁਲ ਨਹੀਂ ਤੁਸੀਂ ਬਣਾਉਂਦੇ ਤੁਸੀਂ ਬਣਾ ਲੈਂਦੇ ਤੁਸੀਂ ਬਣਾ ਲੈਂਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਐਕਸ ਜਿਹੜਾ ਸਾਹਿਬ ਇੱਕ ਮਿੰਟ ਪਲੀਜ਼ ਇੱਕ ਮਿੰਟ ਮਿੱਤਲ ਸਾਹਿਬ ਹੁਣ ਚਾਹੁੰਦੇ ਹੋ ਦੁਬਾਰਾ ਇਲੈਕਸ਼ਨ ਹੋਣ ਉੱਥੇ ਕਿੱਥੇ ਜੰਮੂ ਕਸ਼ਮੀਰ ਬਿਲਕੁਲ ਹੋਣਗੇ ਉੱਥੇ ਇਲੈਕਸ਼ਨ ਹੋਣੇ ਕਦੋਂ ਹੋਣਗੇ ਇਲੈਕਸ਼ਨ ਕਮਿਸ਼ਨ ਨੇ ਕਰਾਉਣੇ ਕਦੋਂ ਹੋਣਗੇ ਇਲੈਕਸ਼ਨ ਕਮਿਸ਼ਨ ਨੇ ਕਰਵਾਉਣੇ ਇਲੈਕਸ਼ਨ ਕਮਿਸ਼ਨ ਨੇ ਕਰਵਾਉਣੇ ਹਾਂ ਇਲੈਕਸ਼ਨ ਹੋ ਗਿਆ ਚਲੋ ਸਰਕਾਰ ਹੈ ਨਹੀਂ ਗਵਰਨਰ ਰੂਲ ਹੈ ਉਹਦੇ ਚ ਇਲੈਕਸ਼ਨ ਲਾਸਟ ਮਿੰਟ ਦੇਰ ਇਸ ਨਥਿੰਗ ਟੂ ਹਾਈਡ ਅਬਾਊਟ 4 ਸਾਲ ਇਹ ਬਿਲਕੁਲ ਚੁੱਪ ਰਹੇ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਧਾਰਾ 370 ਖਤਮ ਕਿਉਂ ਨਹੀਂ ਕੀਤੀ ਜਦ ਇਹਨਾਂ ਦੀ ਮੈਜੋਰਟੀ ਦੀ ਸਰਕਾਰ ਸੀ ਇਹ ਕਹਿੰਦੇ ਸੁਪਰੀਮ ਕੋਰਟ ਤੁਸੀਂ ਰਾਜ ਸਭਾ 'ਚ ਸਾਡੇ ਨੂੰ ਸਮਰਥਨ ਦੇਣੀ ਤੁਸੀਂ ਗੱਲ ਕਰੋ ਸਾਨੂੰ ਤੁਸੀਂ ਗੱਲ ਕਰੋ ਰਾਜ ਸਭਾ 'ਚ ਸਾਨੂੰ ਸਮਰਥਨ ਦੇਣ ਦੀ ਅਸੀਂ ਗੱਲ ਖਤਮ ਕਰ ਦਿਆਂਗੇ ਸੁਪਰੀਮ ਕੋਰਟ ਨੇ ਵੱਡੀ ਤੁਸੀਂ ਦੋ ਸਮਰਥਨ ਰਾਜ ਸਭਾ 'ਚ ਸਾਨੂੰ ਦਸੰਬਰ 2015 'ਚ ਤੁਸੀਂ ਕਦੇ ਤੁਸੀਂ ਦੇਣ ਨੂੰ ਤਿਆਰ ਨਹੀਂ ਸਾਡੇ ਕੋਲ ਸਟਰੈਂਥ ਨਹੀਂ ਹੈ ਤੁਸੀਂ ਸੁਣਨਾ ਹੀ ਨਹੀਂ ਚਾਹੁੰਦੇ ਤੁਹਾਨੂੰ ਕੁਝ ਕਹਿੰਦੇ ਰੱਬ ਦੇ ਕੋਲ ਗੱਲ ਬਾਰ-ਬਾਰ ਰਿਪੀਟ ਕਰਦੇ ਹੋ ਮੈਂ ਤੁਹਾਨੂੰ ਤੁਹਾਡੀ ਹੁਣ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਮੈਂ ਤਾਂ ਕਹਿ ਰਿਹਾ ਵੀ ਤੁਸੀਂ ਸਮਰਥਨ ਕਰੋ ਅਸੀਂ ਖਤਮ ਕਰ ਦਿਆਂਗੇ ਸੁਪਰੀਮ ਕੋਰਟ ਦੇ ਵਿੱਚ 2 ਮਿੰਟ ਦੇ ਦਿਓ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ 2015 ਦਸੰਬਰ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਧਾਰਾ 370 ਹਟਾਉਣ ਵਾਲੀ ਨਾ ਸੁਪਰੀਮ ਕੋਰਟ ਹੈ ਨਾ ਬਣਾਉਣ ਵਾਲੀ
ਸੁਪਰੀਮ ਕੋਰਟ ਹੈ ਉੱਥੇ ਦੀ ਜੋ ਸੈਂਸਰ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਇਹਨੂੰ ਹਟਾ ਵੀ ਸਕਦੀ ਹੈ ਇਹਨੂੰ ਬਣਾ ਵੀ ਸਕਦੀ ਹੈ ਮੈਨੂੰ ਪੁੱਛੋ ਇਹ ਹੁਣ ਤੱਕ ਚੁੱਪ ਕਿਉਂ ਬੈਠੇ ਰਹੇ ਤੁਸੀਂ ਸਮਰਥਨ ਕਰੋ ਨਾ ਤੁਸੀਂ ਕਿੱਥੇ ਸਮਰਥਨ ਕਰੋ ਰਾਜ ਸਭਾ ਚ ਸਮਰਥਨ ਦਿਓ ਰਾਜ ਸਭਾ ਚ ਸਮਰਥਨ ਦਿਓ ਅਸੀਂ ਖਤਮ ਕਰ ਠੀਕ ਠੀਕ ਹੈ ਜੇਤਾਰ ਸਿੰਘ ਦਾ ਲਾਸਟ ਪੁਆਇੰਟ ਜੇਤਾਰ ਸਿੰਘ ਦਾ ਲਾਸਟ ਇੱਕ ਪੁਆਇੰਟ ਪਲੀਜ਼ ਸਮਰਥਨ ਨਹੀਂ ਕਰਦੇ ਇੱਕ ਪੁਆਇੰਟ ਪਲੀਜ਼ ਅੰਦਰ ਜਾ ਕੇ ਕੁਝ ਗੱਲ ਕਰਦੇ ਹੋ ਬਾਹਰ ਕੁਝ ਗੱਲ ਕਰਦੇ ਹੋ ਸੜਕਾਂ ਦੇ ਕੁਝ ਕਹਿਣਾ ਸੰਸਦ ਵਿੱਚ ਤੁਸੀਂ ਇੱਕ ਪੁਆਇੰਟ ਪਲੀਜ਼ ਅੱਜ ਤੱਕ ਜੇਤਾਰ ਸਿੰਘ ਦਾ ਲਾਸਟ ਪੁਆਇੰਟ ਫਟਾਫਟ ਪਲੀਜ਼ ਇੱਕ ਪੁਆਇੰਟ ਪਲੀਜ਼ ਇੱਕ ਪੁਆਇੰਟ ਪਲੀਜ਼ ਦੇਸ਼ ਵਿਦੇਸ਼ ਤੱਕ ਲੋਕ ਆਪਣ ਸੁਣ ਰਹੇ ਆ ਜੇ ਆਪਣੀ ਗੱਲ ਹੀ ਨਹੀਂ ਸਮਝ ਲੱਗੂਗੀ ਲੋਕਾਂ ਨੂੰ ਤਾਂ ਫਿਰ ਉਹਦਾ ਕੀ ਫਾਇਦਾ ਹੋਊਗਾ ਦੇਖੋ ਮੈਂ ਵੈਸੇ ਗੱਲ ਕਰਨਾ ਮੈਡਮ ਰਣਜੀਤਾ ਮਹਿਤਾ ਜੀ ਨੇ ਵੀ ਬਹੁਤ ਗੱਲਾਂ ਕੀਤੀਆਂ ਪਰ ਮੈਂ ਕਲੀਅਰ ਕੱਟ ਦੱਸਣਾ ਚਾਹੁੰਦਾ ਹਾਂ ਦੋਨੇ ਇੱਕੋ ਹੀ ਸਿੱਕੇ ਦੇ ਦੋ ਪਾਸੇ ਨੇ ਉਸੇ ਨਾਲ ਜੁੜਨਾ ਚਾਹੁੰਦੇ ਤੁਸੀਂ ਉਸੇ ਨਾਲ ਜੁੜਨਾ ਚਾਹ ਰਹੇ ਹੋ ਇਹਨਾਂ ਨੇ ਵਾਰ ਵਾਰ ਤੁਸੀਂ ਕਹਿ ਰਹੇ ਹੋ ਮੇਰੀ ਗੱਲ ਸੁਣੋ ਅਨੰਦਪੁਰ ਦੇ ਮਤੇ ਨੂੰ ਖਾਲਿਸਤਾਨ ਦਾ ਮਤਾ ਬਣਾਤਾ ਸੀ ਕਾਂਗਰਸ ਪਾਰਟੀ ਨੇ ਇਹ ਮਤਲਬ ਇਹ ਜਿਹੜੀਆਂ ਵੱਡੀਆਂ ਪਾਰਟੀਆਂ ਮੈਂ ਪਹਿਲਾਂ ਹੀ ਕਹਿ ਰਿਹਾ ਮੈਂ ਇਹ ਅਨੰਦਪੁਰ ਦਾ ਮਤਾ ਬਾਦਲ ਘਾਰਾ ਦਾ ਮਤਾ ਸੀਗਾ ਕਿਉਂ ਸਮਰਥਨ ਦਿੰਦੇ ਫਿਰ ਜਾਓ ਤੁਸੀਂ ਫਿਰ ਇਸੇ ਪਾਰਟੀ ਨਾਲ ਜੁੜਨਾ ਚਾਹ ਰਹੇ ਹੋ ਤੁਸੀਂ ਕ੍ਰਿਕਟਰਾਣਾ ਸਾਹਿਬ ਇਸੇ ਪਾਰਟੀ ਨਾਲ ਜੁੜਨਾ ਚਾਹ ਰਹੇ ਹੋ ਤੁਸੀਂ ਫਿਰ ਪ੍ਰੈਸ ਕਰ ਰਹੇ ਆ ਨਹੀਂ ਕਿਉਂ ਸਮਰਥਨ ਲੈ ਕੇ ਫਿਰ ਰਹੇ ਹੋ ਤੁਸੀਂ ਫਿਰ ਤੁਹਾਡੀ ਵਿਚਾਰਧਾਰਾ ਨਹੀਂ ਮਿਲਦੀ ਕਾਂਗਰਸ ਦੇ ਨਾਲ ਸਮਰਥਨ ਤੁਸੀਂ ਦਿੱਤਾ ਸਾਰੇ ਸਾਹਿਬ ਗੱਲ ਕਰ ਸਾਰੇ ਪਰ ਪਲੀਜ਼ ਇੱਕ ਮਿੰਟ ਮੈਂ ਪਤਾ ਲੱਗ ਗਿਆ ਵਿਚਾਰਧਾਰਾ ਕਿਹੜੀ ਹੁੰਦੀ ਪਤਾ ਲੱਗ ਗਿਆ ਸਾਰਿਆਂ ਨੂੰ ਪਤਾ ਲੱਗਦਾ ਖਾਲੀ ਸਾਹਿਬ ਲਾਸਟ ਕਮੈਂਟ ਤੁਹਾਡੇ ਖਾਲੀ ਸਾਹਿਬ ਟੌਪਿਕ ਤੇ ਆਪਾਂ ਚੱਲ ਰਹੇ ਹਾਂ ਉਹਦੇ ਤੇ ਰਹੀ ਖਾਲੀ ਸਾਹਿਬ ਲਾਸਟ ਕਮੈਂਟ ਜੀ ਟੌਪਿਕ 2020 ਦਾ ਜ਼ਿਕਰ ਹੋ ਰਿਹਾ ਵੈਲੀ ਦੇ ਵਿੱਚ 2020 ਦਾ ਜ਼ਿਕਰ ਹੋਣਾ ਸ਼ੁਰੂ ਹੋ ਗਿਆ ਇੰਡੀਆ ਦੀ ਸਿਆਸਤ ਵਿੱਚ ਜ਼ਿਕਰ ਹੋਣਾ ਸ਼ੁਰੂ ਹੋ ਗਿਆ ਹੁਣ ਪੰਜਾਬ ਦੇ ਵਿੱਚ ਚੋਣ ਅਖਾੜਾ ਪੱਕ ਜਾਣਾ ਫਿਰ ਇੱਥੇ ਰੈਫਰੈਂਡਮ 2020 ਦਾ ਜ਼ਿਕਰ ਹੋਊਗਾ ਉਹ ਤਾਂ ਆਲਰੇਡੀ ਚੱਲ ਰਿਹਾ ਪਹਿਲਾਂ ਇੱਕ ਵਾਰ ਨਹੀਂ ਕਈ ਡਿਬੇਟਾਂ ਇਹਦੇ ਪਰ ਹੋ ਚੁੱਕੀਆਂ ਕਈ ਵਾਰ ਡਿਸਕਸ਼ਨ ਹੋ ਚੁੱਕੀ ਹੈ 2020 ਜਿਹੜਾ ਹੈਗਾ ਰੈਫਰੈਂਡਮ ਦੀ ਗੱਲ ਜਿਹੜੀ ਕਹਿੰਦੇ ਆ ਪੰਜਾਬ ਦੇ ਵਿੱਚ ਲੇਕਿਨ ਉਹ ਵੀ ਉਸੇ ਤਰੀਕਾ ਦਾ ਇੱਕ ਸ਼ਗੂਫ ਹੈ ਜਿਸ ਤਰੀਕੇ ਦੇ ਨਾਲ ਇਹ ਇੱਕ ਸ਼ਗੂਫ ਹੈ ਮੈਂ ਇਹਨੂੰ ਸਿਰਫ ਬਿਆਨਬਾਜ਼ੀ ਚੋਂ ਜ਼ਿਆਦਾ ਕੋਈ ਇੰਪੋਰਟੈਂਸ ਨਹੀਂ ਦਿੰਦਾ ਉਹਨੂੰ ਇਸ ਡੈਡਲਾਈਨ ਨਾਲ ਜੋੜ ਕੇ ਦੇਖਿਆ ਜਾਵੇ ਕਿ ਨਾ ਨਹੀਂ ਬਿਲਕੁਲ ਨਹੀਂ ਦੇਖਿਆ ਜਾਂਦਾ ਬਹੁਤ ਧੰਨਵਾਦ ਮੁਹੰਮਦ ਖਾਲੀ ਤੁਹਾਡਾ ਰਣਜੀਤਾ ਮਹਿਤਾ ਤੁਹਾਡਾ ਮਿੱਤਲ ਸਾਹਿਬ ਤੁਹਾਡਾ ਸੰਗੀੜਾ ਸਾਹਿਬ ਤੁਹਾਡਾ ਸਾਰੀ ਸਿਆਸਤ ਦੀ ਵਿਚਾਰਧਾਰਾ ਜਿਹੜੀ ਉਹ ਤੁਸੀਂ ਸਮਝਦੇ ਹੋ ਤੁਸੀਂ ਦੇਖਦੇ ਹੋ ਅਸੀਂ ਡਿਬੇਟ ਕਰਾਉਂਦੇ ਹਾਂ ਇਸ ਲਈ ਕਰਾਉਂਦੇ ਹਾਂ ਕਿ ਤੁਹਾਨੂੰ ਇਹਨਾਂ ਦਾ ਅਸਲੀ ਜਿਹੜਾ ਮਕਸਦ ਹੈ ਅਸਲੀ ਮਿਸ਼ਨ ਆ ਉਹ ਸਮਝ ਆ ਸਕੇ ਕਿ ਸਿਆਸਤ ਦਾ ਮਿਸ਼ਨ ਹੁੰਦਾ ਕੀ ਸਿਆਸਤ ਦਾ ਮਿਸ਼ਨ ਹੈ 2019 ਦੇ ਵਿੱਚ 2020 ਦੇ ਨਾਂ 'ਤੇ ਵੋਟਾਂ ਲੈਣੀਆਂ ਚਾਹੇ ਉਹ ਡੈਡਲਾਈਨ ਕਹਿ ਕੇ ਲੈ ਲਓ ਚਾਹੇ ਰੈਫਰੈਂਡਮ ਕਹਿ ਕੇ ਲੈ ਲਓ ਬਹੁਤ ਧੰਨਵਾਦ